ਗੁਰਮੁਖ ਰਾਗ ਵਿੱਚ ਗੁਣ ਗਾਉਂਦੇ ਨੇ, ਸੁਭਾਵਕ ਹੀ ਗੁਣਾਂ ਨੂੰ ਉਚਾਰਦੇ ਨੇ, ਗੁਣਾਂ ਦੇ ਵਿੱਚ ਹੀ ਉਹਨਾਂ ਦਾ ਮਨ ਸਮਾਇਆ ਹੈ, ਰਤਿਆ ਹੈ। ਸੱਚ ਬਾਣੀ ਸੱਚ ਹੈ ਸੱਚ ਮੇਲ ਮਿਲਾਇਆ, ਪਾਤਸ਼ਾਹ ਫਰਮਾਉਂਦੇ ਨੇ ਨੀਚੇ ਕਰਕੇ ਤਿੰਨਾਂ ਦੀ ਬਾਣੀ ਵੀ ਸੱਚੀ ਹੈ। ਭਗਤ ਮੁੱਖ ਹੈ ਤੇ ਬੋਲਦੇ ਸੇ ਬਚਨ ਹੋਂਦੇ, ਉਹ ਤਿੰਨ ਕਾਲ ਸਤ ਹੋ ਜਾਂਦੇ। ਸੱਚੇ ਦੇ ਸਤ ਸੰਗ ਵਿੱਚ ਹੀ ਤਿੰਨਾਂ ਨੇ ਮਨ ਮਿਲਾਇਆ, ਇਸ ਮਨ ਨੂੰ ਜੋੜਿਆ ਗਏ, ਸਨਮੁਖ ਹੋਏ। ਇਸ ਤਰ੍ਹਾਂ ਉਸਤਤੀ ਕਰਦੇ ਨੇ, ਸਭ ਕਿਸ਼ ਆਪੇ ਆਪ ਹੈ ਆਪੇ ਦੇਵੜਿਆਈ, ਵਾਹੋ ਵਾਹੋ ਸੱਚੇ ਪਾਤਸ਼ਾਹ ਤੂੰ ਸੱਚੀ ਨਾਈ। ਸਭ ਕੁਝ ਤੂੰ ਆਪ ਕੀ ਆਪ ਹੈ, ਆਪੇ ਹੀ ਆਪਣੇ ਪਿਆਰਿਆਂ ਨੂੰ ਕਿ ਵਾਹਿਗੁਰੂ ਤੂੰ ਵਡਿਆਈ ਦਿੰਦਾ, ਤੂੰ ਸੱਚਾ ਵਾਲ ਗਹਿਰ ਗੰਭੀਰ ਯਥਾਂ ਕਹਿ ਸੱਚੀ ਤੇਰੀ ਵਡਿਆਈ ਸੋਭਾ। ਸਲੋਕ ਮਹਲਾ ਦੂਜਾ, ਨਾਨਕ ਅੰਧਾ ਹੋਏ ਕੈ ਰਤਨਾ ਪਰਖਣ ਜਾਏ। ਸਤਿਗੁਰੂ ਪਾਤਸ਼ਾਹ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਫਰਮਾਉਂਦੇ ਨੇ, ਨਾਨਕ ਅੰਧਾ ਹੋਏ ਕੈ ਰਤਨਾ ਪਰਖਣ ਜਾਏ। ਅਗਿਆਨੀ ਅਵਿਦਿਆ ਦੀ ਅੰਧੇਰੀ ਰਾਤ ਵਿੱਚ ਜੀਵਨ ਵਾਲਾ, ਅਗਿਆਨ ਦੇ ਵਿਦਿਆ ਵਿੱਚ ਹੈ, ਅਗਿਆਨੀ ਹੋ ਕੇ ਰਤਨ ਰੂਪ ਜੋ ਸੰਤਾਂ ਦੇ ਗੁਣ ਵਾਕ ਨੇ ਰੱਬ ਦੇ ਜਨਾਂ ਦੇ ਅਮੋਲਕ ਬਚਨ, ਜੇ ਤਿੰਨਾਂ ਨੂੰ ਪਰਖਣ ਚਲਾ ਜਾਵੇ ਕਿ ਮੈਂ ਪਰਖ ਕਰਾਂਗਾ ਰੱਬ ਦੇ ਜਨਾਂ ਦੇ ਵਾਕਾਂ ਦਾ, ਬਚਨਾਂ ਦਾ ਜੋ ਬੋਲਦੇ ਨੇ। ਅਗਿਆਨੀ ਹੈ ਅਵਿਦਿਆ ਵਿੱਚ ਰਤਿਆ, ਉਹ ਪਰਖਣ ਚਲਾ ਜਾਵੇ, ਪਰ ਪਾਤਸ਼ਾਹ ਫਰਮਾਉਂਦੇ ਨੇ ਗੁਰੂ ਅੰਗਦ ਸਾਹਿਬ ਮਹਾਰਾਜ ਜੀ, ਰਤਨਾ ਸਾਰਨਾ ਜਾਣੀ ਆਵੇ ਆਪ ਲਖਾਏ। ਤਿੰਨ ਰਤਨਾ ਦੀ ਤਾਂ ਸਾਰ ਜਾਣਦਾ ਕੀ, ਉਲਟਾ ਆਪਣਾ ਆਪ ਲਖਾ ਆਉਂਦਾ, ਰਤਨਾ ਦੀ ਸਾਰ ਨਹੀਂ ਜਾਣਦਾ, ਭਾਵ ਉਹ ਬੜਾ ਮੂਰਖ ਹੈ। ਰਤਨਾ ਸਾਰ ਨਾ ਜਾਣੇ, ਆਪ ਆਵੇ ਆਪ ਲਖਾਏ। ਮਹਲਾ ਦੂਜਾ, ਰਤਨਾ ਕੇਰੀ ਗੋਥਲੀ ਰਤਨੀ ਖੋਲੀ ਆਏ। ਵੈਰਾਗ ਆਦਿਕ ਰਤਨਾ ਦੀ ਥੈਲੀ ਬਾਣੀ ਗਿੱਧੇ ਦਾ ਅਭਿਪ੍ਰਾਏ ਰੂਪ ਜਬ ਰਤਨਾ ਵਾਲੇ ਸੰਤਾਂ ਨੇ ਖੋਲੀ ਜਬ ਪ੍ਰਗਟ ਕੀਤੀ। ਵਖਰ ਤੈ ਬਣ ਜਾ ਰਿਹਾ ਦੋਹਾਂ ਰਹੀ ਸਮਾਏ। ਤਬ ਸੌਦਾ ਦੇਣ ਵਾਲੇ ਕੌਣ ਸੰਤ ਜੋ ਭਗਤ ਨੇ, ਬਣ ਜਾ ਰਹੇ ਜੋ ਜਗਿਆਸੂ ਨੇ, ਦੋਨਾਂ ਦੀ ਬਿਰਤੀ ਤਿੰਨ ਗੁਣਾਂ ਵਿੱਚ ਪਸ ਭਰ ਸਮਾ ਗਈ। ਜਿੰਦ ਗੁਣ ਪੱਲੈ ਨਾਨਕਾ ਮਾਣਕ ਬਣ ਜੇ ਸੇ, ਜਿਨ੍ਹਾਂ ਦੀ ਸ਼ਰਧਾ ਆਦਿਕ ਗੁਣ ਹਿਰਦੇ ਵਿੱਚ ਨੇ, ਮਾਣਕ ਰੂਪ ਜੋ ਮੰਨਣੇ ਆਦਿ ਉਹ ਵਣਜਦੇ ਨੇ, ਬਣ ਜਾ ਰਹੇ ਨੇ। ਰਤਨਾ ਸਾਰਨਾ ਜਾਣੀ ਅੰਧੇ ਵਤੈ ਲੋਏ, ਜੋ ਰਤਨਾ ਦੀ ਸਾਰ ਨਹੀਂ ਜਾਣਦੇ, ਸੋਝੀ ਨਹੀਂ ਗਿਆਤ ਨਹੀਂ, ਸੋ ਲੋਕ ਅਗਿਆਨੀ ਫਿਰਦੇ ਨੇ ਅੰਧੇ ਨੇ। ਪੌੜੀ
ਨੌ ਦਰਵਾਜ਼ੇ ਕਾਇਆ ਕੋਟ ਹੈ ਦਸਵੇਂ ਗੁਪਤ ਰੱਖੀ ਜੈ। ਸਤਿਗੁਰੂ ਪਾਤਸ਼ਾਹ ਫਰਮਾਉਂਦੇ ਨੇ ਇਸ ਸਰੀਰ ਰੂਪ ਜੋ ਕੋਟ ਹੈ ਆਪਣਾ, ਇਸਦੇ ਨੌ ਦਰਵਾਜ਼ੇ ਤਾਂ ਪ੍ਰਗਟ ਨੇ, ਦਸਵਾਂ ਦੁਆਰ ਜੋ ਦਸਵੇਂ ਦੁਆਰ ਵਿੱਚ ਆਪਣੇ ਆਪ ਨੂੰ ਗੁਪਤ ਰੱਖਿਆ ਹੈ ਮੇਰੇ ਵਾਹਿਗੁਰੂ। ਬਜਰ ਕਪਾਟ ਨਾ ਖੁੱਲਣੀ ਗੁਰ ਸ਼ਬਦ ਖੋਲੀ ਜੈ। ਪੰਚ ਕੋਸੂ ਬੱਜਰ ਦੇ ਤਖਤੇ ਚੱਕਰ ਛੇ ਤਖਤੇ ਸੋ ਨਹੀਂ ਖੁੱਲਦੇ, ਗੁਰੂ ਦੇ ਉਪਦੇਸ਼ ਕਰਕੇ ਤਿੰਨਾਂ ਨੂੰ ਲੱਖੀ ਖੋਲੀ ਦਾ ਹੈ ਲੱਖੀ ਦਾ ਹੈ। ਅਨਹਦ ਵਾਜੇ ਧੁਨ ਵਾਜਰੇ ਗੁਰ ਸ਼ਬਦ ਸੁਣੀ ਜੈ। ਜਿਨ੍ਹਾਂ ਦੇ ਉਹ ਤਖਤੇ ਖੁੱਲੇ ਨੇ ਇੱਕ ਰਸ ਧੁਨ ਵਾਲੇ ਦਸਵਾਂ ਦੁਆਰ ਵਿੱਚ, ਜੋ ਇੱਕ ਰਸ ਧੁਨੀ ਰੂ ਵਾਜੇ ਵੱਜਦੇ ਨੇ, ਸੋ ਗੁਰੂ ਉਪਦੇਸ਼ ਕਰਕੇ ਸੁਣੀ ਦੇ ਨੇ। ਜਿਨ੍ਹਾਂ ਨੇ ਸੁਣੇ ਨੇ ਪਾਤਸ਼ਾਹ ਫਰਮਾਉਂਦੇ ਨੇ, ਤਿਤ ਘਟ ਅੰਤਰ ਜਾਨਣਾ ਕਰ ਭਗਤ ਬਲੀ ਜੈ। ਤਿਨ੍ਹਾਂ ਦੇ ਹੀ ਅੰਤਸ਼ਕਰਨ ਵਿੱਚ ਗਿਆਨ ਹੋਇਆ, ਉਹ ਭਗਤੀ ਕਰਕੇ ਪਰਮਾਤਮਾ ਵਿੱਚ ਮਿਲ ਗਏ, ਇਹ ਉਹਨਾਂ ਦਾ ਨਿਹਚਾ ਹੋਇਆ। ਸਭ ਮੈਂ ਏਕ ਵਰਤ ਦਾ ਜਿਨ ਆਪੇ ਰਚਨ ਰਚਾਈ। ਵਾਹੋ ਵਾਹੋ ਸੱਚੇ ਪਾਤਸ਼ਾਹ ਤੂੰ ਸੱਚੀ ਨਾਈ। ਸਭ ਵਿੱਚ ਇੱਕ ਹੀ ਵਰਤਦਾ ਹੈ ਕਿ ਮੇਰੇ ਵਾਹਿਗੁਰੂ ਤੂੰ ਸਭਨਾ ਵਿੱਚ ਬੈਠਾ, ਜਿਸ ਤੈਨੇ ਹੀ ਆਪ ਸਭ ਜਗਤ ਦੀ ਰਚਨਾ ਬ੍ਰਹਮਾ ਵਿਸ਼ਨਵ ਹੀ ਅਦਕਾਂ ਤੋਂ ਰਚਾਈ, ਆਪ ਪਾਲਣਾ ਆਪ ਲੈ ਕਰ। ਤਿੰਨ ਦੇਵਤੇ ਸਾਜੇ ਨੇ ਬ੍ਰਹਮਾ ਜੀ ਸ੍ਰਿਸ਼ਟੀ ਦੀ ਰਚਨਾ ਕਰਦੇ ਨੇ, ਸ਼ਿਵਜੀ ਮਹਾਰਾਜ ਲੈ ਵਿਸ਼ਨੂੰ ਭਗਵਾਨ ਜੀ ਪਾਲਣਾ ਕਰਦੇ ਨੇ, ਪਰਮੇਸ਼ਰ ਨੇ ਖੇਡ ਰਚੀ। ਜਿਵ ਜਿਵ ਹੁਕਮ ਤਿਵੈ ਤਿਵੈ ਕਾਨ, ਹੁਕਮ ਦੇ ਵਿੱਚ ਕਾਰ ਕਮਾਉਂਦੇ। ਵਾਹੋ ਵਾਹੋ ਸੱਚੇ ਪਾਤਸ਼ਾਹ ਤੂੰ ਸੱਚੀ ਨਾਈ। ਤੂੰ ਸੱਚਾ ਮਾਲਕ, ਸੱਚੀ ਤੇਰੀ ਵਡਿਆਈ ਸੋਭਾ ਹੈ, ਜੋ ਜੀ ਪ੍ਰੀਤਮ ਹੈ। ਸਲੋਕ ਮਹਲਾ ਦੂਜਾ, ਅੰਧੇ ਕਹਿ ਰਾਹੇ ਦੱਸਿਆ ਅੰਧਾ ਹੋਏ ਸੁਜਾਏ। ਅਗਿਆਨੀ ਦੇ ਰਾਹ ਦੱਸਿਆ ਹੋਇਆ, ਜੋ ਅਗਿਆਨੀ ਹੀ ਹੁੰਦਾ ਕਿਉਂਕਿ ਆਪ ਅਗਿਆਨੀ ਹੈ, ਆਪ ਅਵਿਦਿਆ ਵਿੱਚ ਅੰਧੇਰੀ ਰਾਤ ਵਿੱਚ ਜਿਉਂਦਾ ਹੈ, ਸੋਝੀ ਨਹੀਂ ਗਿਆਨ ਨਹੀਂ, ਸੋ ਅਗਿਆਨੀ ਹੀ ਹੋ ਜਾਂਦਾ। ਅੰਧੇ ਕਹਿ ਰਾਹੀ ਦੱਸਿਆ ਅੰਧਾ ਹੋਏ ਸੁਜਾ, ਹੋਏ ਸੁਜਾ ਖਾ ਨਾਨਕ ਸੋ ਕਿਉਂ ਉਜੜ ਪਾਏ। ਜੋ ਵਿਵੇਕ ਕਰਕੇ ਸੁਜਾਖਾ ਹੋਵੇਗਾ, ਵਿਵੇਕ ਬੁੱਧੀ ਵਾਲਾ, ਤਾਂ ਕਿਉਂ ਵਿਸ਼ੇ ਰੂਪ ਉਜਾੜ ਵਿੱਚ ਪਾਵੇਗਾ, ਨਹੀਂ ਪੈਂਦਾ ਵਿਸ਼ੇ ਰੂਪ ਉਜਾੜ। ਅੰਧੇ ਇਹ ਨਾ ਆਖੀਆਂ ਜਿਨ ਮੁਖ ਲੋਇਣ ਲਾਹੇ, ਅੰਧੇ ਸੇ ਨਾਨਕਾ ਖਸਮੋ ਕੁੱਥੇ ਜਾਹੇ। ਪਾਤਸ਼ਾਹ ਫਰਮਾਉਂਦੇ ਅੰਧੇ ਉਹਨਾਂ ਨੂੰ ਨਹੀਂ ਕਿਹਾ ਜਾਂਦਾ ਜਿਨ੍ਹਾਂ ਨੂੰ ਨੇਤਰਾਂ ਤੋਂ ਦਿਸਦਾ ਨਹੀਂ। ਅੰਧੇ ਕੌਣ ਨੇ? ਅੰਧੇ ਇਹ ਨਾ ਆਖੀਆਂ ਜਿਨ ਮੁਖ ਲੋਇਣ ਲਾਹੇ, ਅੰਧੇ ਸਹੀ ਨਾਨਕਾ ਖਸਮੋ ਕੁੱਥੇ ਜਾ ਕੇ। ਪਾਤਸ਼ਾਹ ਫਰਮਾਉਂਦੇ ਨੇ ਅੰਧੇ ਕੌਣ ਨੇ? ਅੰਧੇ ਤਾਂ ਉਹ ਨੇ ਜੋ ਵਾਂਗੇ ਗੁਰੂ ਤੋਂ ਭੁੱਲੇ ਹੋਏ, ਜੋ ਪਰਮੇਸ਼ੁਰ ਤੋਂ ਬੇਮੁੱਖ ਹੋ ਗਏ, ਨਾਮ ਨਹੀਂ ਜਪਦੇ, ਗੁਰੂ ਦੇ ਸਨਮੁੱਖ ਨਹੀਂ ਹੋਏ, ਉਹ ਅੰਧੇ ਨੇ, ਅਗਿਆਨ ਵਿਦਿਆ ਦੀ ਅੰਧੇਰੀ ਰਾਤ ਵਿੱਚ ਜਿਉਂਦੇ ਨੇ।
ਵਖਲਾ ਦੂਜਾ ਸਾਹਿਬ ਅੰਦਾ ਜੋ ਕੀਆ ਕਰੇ ਸੁਜਾਖਾ ਹੋਏ। ਜਿਸ ਸਵਾਮੀ ਨੇ ਅੰਦਾ ਕੀਤਾ ਜਿਸ ਹੋਈ ਸਵਾਮੀ ਸੁਜਾਖਾ ਕਰੇ ਤਾਂ ਹੁੰਦਾ ਹੈ ਪਿਆਰੇ, ਕਿਉਂਕਿ ਪਰਮੇਸ਼ਰ ਬੜਾ ਪਿਆਰਾ। ਚੋਜੀ ਪ੍ਰੀਤਮ ਦੇ ਚੋਜ ਭਿੰਨ ਨੇ, ਕਿਉਂਕਿ ਉਸਦੇ ਹੁਕਮ ਤੋਂ ਬਾਹਰ ਕੁਝ ਹੁੰਦਾ ਕੀ। ਹੁਕਮ ਹੈ ਅੰਦਰ ਸਭ ਕੋ, ਬਾਹਰ ਹੁਕਮ ਦਾ ਕੋਈ। ਦੁੱਖ ਆਇਆ ਸੁੱਖ ਆਇਆ ਇਹ ਸਭ ਹੁਕਮ ਦੀ ਖੇਡ ਹੈ। ਪਰਿਪੂਰਨ ਪਰਮਾਤਮਾ ਨੇ ਇਹ ਬਖਸ਼ਿਸ਼ਾਂ ਕੀਤੀਆਂ ਨੇ। ਉਹ ਮਾਲ ਕੈਸਾ ਹੈ, ਕਰਮ ਫਲ ਪ੍ਰਦਾਤਾ। ਕਰਮਾਂ ਦੇ ਜ਼ਰੀਏ ਮਨੁੱਖ ਨੂੰ ਫਿਰ ਉਧੜ ਵਿੱਚ ਪਾ ਦਿੰਦਾ ਹੈ। ਕਰਮਾਂ ਦੇ ਜ਼ਰੀਏ ਮਨੁੱਖ ਨੂੰ ਸਤਸੰਗੀ ਬਣਾ ਦਿੰਦਾ ਹੈ। ਕਰਮੀ ਆਪੋ ਆਪਣੀ ਕੇ ਨੇੜਾ ਹੈ, ਕਰਮਾਂ ਕਰਕੇ ਨੇੜੇ, ਕਰਮਾਂ ਕਰਕੇ ਦੂਰ, ਕਿਉਂਕਿ ਆਪੋ ਆਪਣੇ ਕਰਮ। ਇਹ ਨਿਯਮ ਮਰਿਆਦਾ ਹੈ ਮੇਰੇ ਵਾਹੀ ਗੁਰੂ ਪਰਮੇਸ਼ਰ ਦੀ, ਉਹ ਕਰਮ ਫਲ ਪ੍ਰਦਾਤਾ। ਭਾਵੇਂ ਕੋਈ ਵੱਡਾ ਹੈ ਭਾਵੇਂ ਕੋਈ ਛੋਟਾ ਹੈ, ਬਾਦਸ਼ਾਹ ਫਰਮਾਉਂਦੇ ਨੇ ਸਾਹਿਬ ਅੰਦਾ ਜੋ ਕੀਆ, ਜੋ ਅਗਿਆਨ ਅਵਿਦਿਆ ਵਿੱਚ ਰਚਿਆ ਹੈ ਕਰੇ ਸੁਜਾਖਾ ਹੋਏ, ਕਿਉਂਕਿ ਉਹ ਪਰਮੇਸ਼ਰ ਨੇ ਹੀ ਪਾਇਆ ਉਹਦੇ ਕਰਮ ਨੇ। ਜੇ ਪਰਮੇਸ਼ਰ ਹੀ ਉਸਨੂੰ ਬਖਸ਼ੇ ਸੋਝੀ ਦੇਵੇ ਉਹ ਸੁਜਾਖਾ ਹੋ ਜਾਵੇ। ਇਹ ਬਖਸ਼ਿਸ਼ ਪਰਮੇਸ਼ਰ ਦੀ ਹੈ। ਜੇ ਹਾ ਜਾਣੈ ਤੇ ਹੋ ਵਰਤੈ, ਜੇ ਸੋ ਆਖੈ ਕੋਈ। ਪਾਤਸ਼ਾਹ ਅੱਗੇ ਬੇਨਤੀ ਅਰਜ਼ੀ ਗੁਜ਼ਾਰੀ, ਸਤਿਗੁਰੂ ਅੰਧੇ ਦੇ ਲੱਖਣ ਕੈਸੇ ਹੁੰਦੇ ਨੇ, ਅੰਧੇ ਦਾ ਕੀ ਲੱਖਣ ਹੈ। ਪਾਤਸ਼ਾਹ ਕਹਿਣ ਲੱਗੇ ਜੇ ਹਾ ਜਾਣੈ ਤੇ ਹੋ ਵਰਤੈ, ਜੇ ਸੋ ਆਖੈ ਕੋਈ। ਜਿਹਾ ਆਪਣੇ ਮਨ ਵਿੱਚ ਜਾਣਦਾ ਹੈ ਤੈਸਾ ਹੀ ਵਰਤ ਜਾਂਦਾ, ਕਿਉਂਕਿ ਅਗਿਆਨੀ ਹੈ ਅੰਧਾ। ਜੇ ਸਿਆਣਾ ਵੀ ਜੁੜ ਕੇ ਕੋਈ ਆਖੇ ਕਿ ਐਸੇ ਨਾ ਕਰ, ਤਾਂ ਉਹ ਮੰਨਦਾ ਕਿਸੇ ਦੀ ਵੀ ਨਹੀਂ, ਕਿਉਂਕਿ ਅਗਿਆਨ ਅਵਿਦਿਆ ਦੀ ਅੰਧੇਰੀ ਰਾਤ ਵਿੱਚ ਜਿਉਂਦਾ ਹੈ। ਅਗਿਆਨੀ ਹੈ ਅਵਿਦਿਆ ਵਿੱਚ, ਕਿਸੇ ਦੀ ਨਹੀਂ ਮੰਨਦਾ। ਸਭ ਮਿਲ ਕੇ ਆਖਣ ਕਿ ਜਨਾ ਤੂੰ ਕਰੋ ਕਰੇਗਾ, ਜਿਹਾ ਜਾਣੈ ਤੇ ਹੋ, ਜੇ ਸੌ ਆਖੈ ਕੋਈ। ਜੇ ਸੌ ਸਿਆਣਾ ਵੀ ਜੁੜ ਕੇ ਕੋਈ ਆਖੇ ਕਿ ਇਸ ਤਰ੍ਹਾਂ ਨਾ ਕਰ, ਤੂੰ ਮੰਨਦਾ ਕਿਸੇ ਦੀ ਨਹੀਂ। ਜਿੱਥੈ ਸੋ ਵਸਤੁ ਨਾ ਜਾ ਪਈ ਆਪੇ ਵਰਤੋ ਜਾਣ, ਜਿੱਥੇ ਸਤਸੰਗ ਵਿੱਚ ਆਤਮਾ ਨੂੰ ਵਸਤੂ ਹੈ ਤਿਸ ਨੂੰ ਤੋ ਜਾਣਦਾ ਹੀ ਨਹੀਂ, ਅਗਿਆਨੀ ਹੈ ਅੰਧਾ ਹੈ ਵਿਚਾਰਾ ਸੋਝੀ ਨਹੀਂ। ਜਿੱਥੇ ਸੋ ਵਸਤ ਨਾ ਜਾ ਪਈ ਆਪੇ ਵਰਤੋ ਜਾਣ, ਤੂੰ ਤਾਂ ਜਾਣਦਾ ਹੀ ਨਹੀਂ, ਆਪੇ ਗਿਆਤ ਕੇ ਹੋ ਕੇ ਵਰਤਦਾ ਵਰਤਦਾ। ਨਾਨਕ ਗਾਹਕ ਕਿਉਂ ਲਏ ਸਕੈ ਨਾ ਵਸਤ ਪਛਾਣ। ਪਾਤਸ਼ਾਹ ਫਰਮਾਉਂਦੇ ਨੇ ਅਧਿਕਾਰੀ ਹੋ ਕੇ ਵਸਤੂ ਕਿਸ ਪ੍ਰਕਾਰ ਲਵੇ, ਜੋ ਵਸਤੂ ਪਹਿਚਾਣ ਹੀ ਨਹੀਂ ਸਕਦਾ। ਜਬ ਸਤਸੰਗ ਦੀ ਮਹਿਮਾ ਹੀ ਨਹੀਂ ਜਾਣਦਾ ਤਬ ਉੱਥੋਂ ਆਤੋਂ ਵਸਤੂ ਕਿਵੇਂ ਲਵੇਗਾ, ਨਹੀਂ ਲੈ ਸਕਦਾ। ਮਹਲਾ ਦੂਜਾ ਸੋ ਕਿਉਂ ਅੰਧਾ ਆਖੀਐ, ਜੇ ਹੁਕਮ ਅੰਧਾ ਹੋਏ।
ਸਤਿਗੁਰੂ ਪਾਤਸ਼ਾਹ ਫਰਮਾਉਂਦੇ ਨੇ ਗੁਰੂ ਅੰਗਦ ਸਾਹਿਬ ਮਹਾਰਾਜ ਜੀ, ਸੋ ਕਿਉਂ ਅੰਧਾ ਕਹੀਏ? ਜੋ ਪਰਮੇਸ਼ੁਰ ਦੇ ਹੁਕਮ ਤੋਂ ਨੇਤਰਹੀਣ ਹੋਇਆ ਉਸਨੂੰ ਅੰਧਾ ਨਹੀਂ ਕਹਿਣਾ, ਕਿਉਂਕਿ ਹੁਕਮ ਨਾਲ ਇਹ ਨੇਤਰਾਂ ਤੋਂ ਹੀਣ ਹੋਇਆ ਹੈ ਵਿਚਾਰਾ, ਇਹਨੂੰ ਅੰਧਾ ਕਹਿਣਾ ਉਚਿਤ ਨਹੀਂ, ਉੱਤਮ ਨਹੀਂ। ਹੁਕਮ ਉਹ ਅੰਧਾ ਹੋਇਆ, ਕਿਉਂ ਹੁਕਮ ਨਾਲ ਅੰਧਾ ਹੋਇਆ? ਪਰਮੇਸ਼ੁਰ ਦੇ ਹੁਕਮ ਜੋ ਹੁਕਮ ਨੂੰ ਮੰਨਦਾ ਹੈ ਕਿ ਤੂੰ ਅੰਧਾ ਹੈ, ਜੋ ਨਿਜਲੀ ਪੰਥੀ ਪਾਤਸ਼ਾਹ ਫਰਮਾਉਂਦੇ ਨੇ ਨੇਤਰਹੀਣ ਦਾ ਤੇ ਜ਼ਿਕਰ ਹੈ, ਸੋ ਕਿਉਂ ਅੰਧਾ ਆਖੀਏ ਜੇ ਹੁਕਮੋਂ ਅੰਧਾ ਹੋਇਆ? ਨਾਨਕ ਹੁਕਮ ਨਾ ਬੁਝਈ ਅੰਧਾ ਕਹੀਐ ਸੋਏ। ਜੋ ਵਾਂਗੇ ਗੁਰੂ ਦੇ ਹੁਕਮ ਨੂੰ ਸਮਝਦਾ ਨਹੀਂ, ਹੁਕਮ ਨੂੰ ਮੰਨਦਾ ਨਹੀਂ, ਉਹ ਤੋਂ ਅੰਧਾ ਕਿਹਾ ਜਾਂਦਾ, ਅਗਿਆਨ ਅਵਿਦਿਆ ਵਿੱਚ ਰਚਿਆ, ਕਿਉਂਕਿ ਸੋਝੀ ਹੀ ਨਹੀਂ। ਪੌੜੀ ਕਾਇਆ ਅੰਦਰ ਗੜ ਕੋਟ ਹੈ ਸਬਦ ਸੰਤਰ ਦੇਸਾ। ਦੇਹ ਰੂਪ ਕੋਟ ਦੇ ਅੰਦਰ ਦਸਵਾਂ ਦੁਆਰ ਕਿਲ੍ਹਾ ਹੈ ਗੜ, ਹਿਰਦਾ ਆਤਮਾ ਦਾ ਨਿੱਜ ਸਥਾਨ ਹੈ। ਸਬਦ ਸੰਤਰ ਇੰਦਰੇ ਨੇਤਰ ਸਰਵਣ ਆਦਿ, ਜੋ ਸਭ ਦੇਸ ਸੰਤਰਾਂ ਕੋਟ ਗੜਾਂ ਵਿੱਚ ਵਿਆਪਕ ਸੋ ਕਾਇਆ ਦੇ ਅੰਦਰ ਹੈ। ਆਪੇ ਤਾੜੀ ਲਾਈਐਨ ਸਭ ਮਹਿ ਪਰਵੇਸਾ, ਆਪੇ ਸ੍ਰੇਸ਼ਟ ਸਾਜੀਐਨ ਆਪੇ ਗੁਪਤ ਰਖੇਸਾ। ਆਪ ਹੀ ਸਭ ਵਿੱਚ ਪ੍ਰਵੇਸ਼ ਹੋ ਕੇ ਤਾੜੀ ਲਾ ਬੈਠਾ, ਆਪ ਹੀ ਵਾਹਿਗੁਰੂ ਨੇ ਸ੍ਰੇਸ਼ਟੀ ਬਣਾਈ, ਆਪ ਹੀ ਤਿੰਨਾਂ ਵਿੱਚ ਪ੍ਰਵੇਸ਼ ਕਰਕੇ ਆਪਣੇ ਆਪ ਨੂੰ ਗੁਪਤ ਰੱਖਿਆ। ਗੁਰ ਸੇਵਾ ਤੇ ਜਾਣਿਆ ਸੱਚ ਪ੍ਰਗਟੀ ਏਸਾ, ਸਭ ਕਿਛ ਸੱਚੋ ਸੱਚ ਹੈ ਗੁਰ ਸੋਜੀ ਪਾਈ। ਵਾਹੋ ਵਾਹੋ ਸੱਚੇ ਪਾਤਸ਼ਾਹ ਤੂੰ ਸੱਚੀ ਰਾਈ। ਗੁਰੂ ਦੀ ਸੇਵਾ ਤੇ ਸੋ ਸੱਚਾ ਈਸ਼ਵਰ ਪ੍ਰਗਟ ਹੋ ਜਾਣਿਆ, ਜਬ ਗੁਰੂ ਨੇ ਗਿਆਤ ਪਾਈ ਤਬ ਸਭ ਕੁਝ ਤੂੰ ਸੱਚ ਹੀ ਸੱਚ ਜਾਣਿਆ, ਕਿਉਂਕਿ ਸੋਝੀ ਆਈ। ਵਾਹੋ ਵਾਹੋ ਸੱਚੇ ਪਾਤਸ਼ਾਹ ਤੂੰ ਸੱਚੀ ਨਾਈ, ਤੂੰ ਸੱਚਾ ਮਾਲਕ, ਧੰਨ ਹੈ ਧੰਨ ਹੈ ਚੋਜੀ ਪ੍ਰੀਤਮ, ਇਹ ਮੇਰੇ ਵਾਹਿਗੁਰੂ ਤੇਰੇ ਚੋਜ ਪੈਂਦੇ ਨੇ, ਸੱਚੀ ਤੇਰੀ ਵਡਿਆਈ ਸੋਭਾ ਹੈ। ਸਲੋਕ ਮਹਲਾ ਪਹਿਲਾ, ਸਾਵਣ ਰਾਤ ਅਘਾੜ ਦਿਉ ਕਾਮ ਕ੍ਰੋਧ ਦੁਇ ਖੇਤ। ਜਗਤ ਦੇ ਰਹਿਬਰ ਜਗਤ ਗੁਰੂ ਕੁਲ ਕਾਇਨਾਤ ਦੀ ਸਿਰਜਣਹਾਰ ਗੁਰਦੇਵ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਮਨ ਮੁੱਖਾਂ ਦੀ ਖੇਤੀ ਵਰਣਨ ਕਰਦੇ ਨੇ। ਕੈਸੀ ਖੇਤੀ? ਮਨ ਮੁੱਖ ਕਰਦੇ, ਕਿਉਂਕਿ ਜਿਵੇਂ ਜਿਮੀਦਾਰ ਖੇਤੀ ਬੀਜਦਾ ਉਹ ਵੱਢਦਾ ਕੱਟਦਾ, ਇਹ ਤਨ ਰੂਪੀ ਜੋ ਸੁੰਦਰ ਤਨ ਹੈ ਖੇਤ, ਐਸੀ ਇਸ ਵਿੱਚ ਕਰਮ ਦੀ ਖੇਤੀ ਬੀਜਦੇ ਨੇ ਜੋ ਪਾਤਸ਼ਾਹ ਫਰਮਾਉਂਦੇ ਨੇ। ਸਾਵਣ ਰਾਤ ਅਖਾੜ ਦੇਹੋ ਕਾਮ ਕ੍ਰੋਧ ਦੋਇ ਖੇਤ। ਰਾਤਰ ਸਾਵਣ ਪਾਵਸ ਕਾਲੀ ਰੁੱਤ ਸਾਵਣੀ, ਅੰਨ ਵੀ ਮਹਾਂ ਆਦਿ ਕਾਲੇ ਜਾਂਦੇ ਜ਼ਿਆਦਾ ਹੁੰਦੇ ਨੇ, ਕਾਮ ਚੋਰੀ ਆਦਿਕ ਪਾਪ ਕਾਲੇ। ਦਿਨ ਹਾੜ ਗਰੀਖਮ ਚਿੱਟੀ, ਦਿਨ ਵਿੱਚ ਕਾਮ ਪੁੰਨ ਆਦਿਕ ਚਿੱਟੇ ਅੰਨ ਵੀ ਹੁੰਦੇ ਨੇ ਸੁਹਾੜੀ। ਕਾਮ ਕ੍ਰੋਧ ਉਹ ਖੇਤ ਨੇ, ਅਵਿੱਛਾ ਸਹਿ ਦਵੈਸ਼ ਤੇ ਪੁੰਨ ਪਾਪ ਰੂਪ ਕਰਮ ਪੈਦਾ ਹੁੰਦਾ। ਜੈਸੇ ਖੇਤਾਂ ਸੇ ਅੰਨ ਹੁੰਦਾ, ਤੈਸੇ ਦਵੈ ਕ੍ਰੋਧ ਸੇ ਹਿੰਸਾ ਆਦਿਕ ਪਾਪ ਕਾਮਨਾ ਸੇ ਕਰਮ ਹੁੰਦੇ ਨੇ।
ਲਾਭਵਤਰ ਦਰੋਗ ਵਿਯੋਗਾਲੀ ਰਾਉ ਕਹੇਤ। ਲੋਭ ਜੋ ਹੈ ਸੋ ਵਤਰ ਹੈ। ਹਲ ਜੋਤਣੇ ਲਾਇਕ ਪ੍ਰਿਥਵੀ ਦੀ ਗਿੱਲ ਨੂੰ ਵਤਰ ਕਹਿੰਦੇ ਨੇ, ਜਿਵੇਂ ਜੀਵੀਦਾਰ ਜਦੋਂ ਜੀਵੀ ਵਤਰ ਹੋ ਜਾਵੇ ਤੇ ਬੀਜੀ ਜਾਂਦੀ, ਹਲ ਵਾਹਿਆ ਜਾਂਦਾ। ਝੂਠ ਬੋਲਣਾ ਇਹ ਬੀਜ ਹੈ, ਉਸ ਵਤਰ ਵਿੱਚ ਪਾਉਣਾ। ਹਾਲੀ ਵਾਹੁਣੇ ਵਾਲਾ ਜ਼ਮੀਨ ਦੇ ਖੋਟਾ ਪ੍ਰੇਮ, ਜੋ ਵਿਸ਼ਿਆਂ ਵਿੱਚ ਪ੍ਰੇਮ ਕਰਨਾ। ਖਾਲ ਵਿਚਾਰ ਵਕਾਰ ਮਾਣ ਹੁਕਮੀ ਖੱਟੇ ਖਾਏ। ਵਿਸ਼ਿਆਂ ਦਾ ਜੋ ਵਿਚਾਰ ਕਰਨਾ, ਵਿਸ਼ੇ ਵਿਕਾਰਾਂ ਦਾ ਵਿਚਾਰੀ ਬਣ ਜਾਣਾ, ਇਹ ਖਲ ਬਣਾ ਹੈ। ਵਿਕਾਰਾਂ ਦਾ ਕਮਾਉਣਾ ਇਹ ਬੋਹਲ ਹੈ। ਇਹ ਜੋ ਪਰਮੇਸ਼ੁਰ ਦੇ ਹੁਕਮ ਦੇ ਵਿੱਚ ਖੱਟਦਾ ਹੈ, ਖਾਂਦਾ ਮੰਦ ਕਰਮ ਕਰਕੇ, ਫਿਰ ਉਸਦੀ ਸਜ਼ਾ ਦੁੱਖ ਭੋਗਦਾ ਹੈ। ਪਿਆਰੇ ਪਾਤਸ਼ਾਹ ਫਰਮਾਉਂਦੇ ਨੇ, ਨਿਮਕ ਕਾਮ ਸਵਾਦ ਕਾਰਨ ਕੋਟ ਦਿਨ ਸੁਖ ਪਾਵ। ਕਰੋੜਾਂ ਦਿਨ ਦੁੱਖ ਹੈ ਸਜਾਵਾਂ ਨੇ, ਪਾਤਸ਼ਾਹ ਫਰਮਾਉਂਦੇ ਨੇ। ਖਲ ਵਿਚਾਰ ਵਿਕਾਰ ਮਨ ਹੁਕਮੀ ਖੱਟੇ ਆਏ। ਨਾਨਕ ਲੇਖੈ ਮੰਗਿਆ ਔਤ ਜਣੀ ਦਾ ਜਾਏ। ਗੁਰੂ ਨਾਨਕ ਦੇਵ ਮਹਾਰਾਜ ਜੀ ਫਰਮਾਉਂਦੇ ਨੇ, ਜਦ ਪਰਲੋਕ ਵਿੱਚ ਲੇਖਾ ਮੰਗਿਆ ਜਾਵੇਗਾ, ਲੇਖਾ ਰੰਭ ਮੰਗੇਸੀਆ ਬੈਠਾ ਕੱਢ ਵਹੀ, ਤਾਂ ਪਿਤਾ ਕੀ ਜਣੀਂਦਾ ਪਿਤਾ ਹੀ ਉਤਰਾ ਜਾ। ਮਾਤਾ ਪਿਤਾ ਤੂੰ ਨਲਕਾ ਸੀ ਰੱਖਿਆ ਨਾ, ਜੈਸਾ ਪੁੱਤਰ ਹੋਇਆ ਜੈਸਾ ਨਾ ਹੋਇਆ ਬਿਸਤਰ। ਪਾਤਸ਼ਾਹ ਗੁਰੂ ਨਾਨਕ ਦੇਵ ਮਹਾਰਾਜ ਜੀ ਫਰਮਾਉਂਦੇ ਨੇ, ਨਾਨਕ ਲੇਖੈ ਮੰਗਿਆ ਔਤ ਜਣੀਂਦਾ ਜਾਏ। ਮਹਲਾ ਪਹਿਲਾ ਭਉ ਭੋਏ ਪਵਿੱਤ ਪਾਣੀ ਸਤ ਸੰਤੋਖ ਬਲੇਦ। ਗੁਰਮੁਖਾਂ ਦੀ ਕੈਸੀ ਖੇਤੀ ਹੈ, ਜੋ ਗੁਰਮੁਖ ਨੇ ਗੁਰਮਤੀਏ ਗੁਰ ਸ਼ਬਦੇ। ਪਾਤਸ਼ਾਹ ਫਰਮਾਉਂਦੇ ਨੇ, ਜੋ ਵਾਹਿਗੁਰੂ ਦਾ ਭਾਉ ਇਹ ਪ੍ਰਿਥਵੀ ਹੈ, ਜੋ ਪਵਿੱਤਰਤਾ ਇਹ ਪਾਣੀ, ਸਤ ਸੰਤੋਖ ਬਲਦ ਹੈ। ਹਲ ਹਲੀ ਮੀ ਹਾਲੀ ਚਿਤ ਚੇਤਾ ਵਤਰ ਵਕਤ ਸੰਯੋਗ। ਜੋ ਨਿਮਰਤਾ ਇਹੀ ਹਲ, ਚਿਤ ਜੋ ਸੋ ਹਾਲੀ ਜੋ, ਸਮਝ ਜੋ ਇਹ ਬੀਜਣੇ ਦੀ ਤਦਾਵਤ, ਜੋ ਗੁਰੂ ਦਾ ਸੰਯੋਗ ਇਹ ਬੀਜਣੇ ਦਾ ਵਕਤ। ਨਾਉ ਬੀਜ ਬਖਸੀ ਸੋਹਲ ਦੁਨੀਆ ਸਗਲ ਦਰੋਗ। ਨਾਮ ਦਾ ਜਪਣਾ ਇਹ ਬੀਜ ਹੈ, ਕਿਆ ਮੁਕਤੀ ਦੀ, ਜੋ ਪਰਮੇਸ਼ੁਰ ਦੀ ਤਰਫੋਂ ਬਖਸ਼ਿਸ਼ ਹੋਣੀ, ਇਹ ਬੋਹਲ ਹੈ। ਦੁਨੀਆ ਸਾਰੀ ਨੂੰ ਝੂਠ ਜਾਣਨਾ, ਇਹ ਬੋਹਲ ਦੇ ਉੱਪਰ ਬਸਤਰ ਹੈ। ਨਾਨਕ ਨਦਰੀ ਕਰਮ ਹੋਏ ਜਾਵੇ ਸਗਲ ਵਜੋਗ। ਜੇ ਵਾਹਿਗੁਰੂ ਦੀ ਕਿਰਪਾ ਹੋ ਜਾਵੇ ਤਾਂ ਐਸੀ ਖੇਤੀ ਕਰਨੀ ਤੇ ਸਗਲ ਦੁੱਖ ਚਲੇ ਜਾਂਦੇ ਨੇ, ਸਭ ਵਿਛੋੜੇ ਚਲੇ ਜਾਂਦੇ ਨੇ। ਮਗ ਪੌੜੀ ਮਨ ਮੁਖ ਭੋਗ ਵਾਰ ਦੂਜੇ ਭਾਏ ਬੋਲੇ। ਮਨ ਮੁੱਖਾਂ ਦੇ ਵਿੱਚ ਮੋਹ ਰੂਪ ਅੰਧੇਰਾ ਹੈ, ਇਸੀ ਤੇ ਅਦਵੈਤ ਵਿੱਚ ਬੋਲਦੇ ਨੇ। ਦੂਜੇ ਭਾਏ ਸਦਾ ਦੁੱਖ ਹੈ ਨਿਤ ਨੀਰ ਬਰੋਲੇ। ਅਦਵੈਤ ਵਿੱਚ ਤੋਂ ਸਦੀਵੀ ਦੁੱਖ ਦੀ ਹੀ ਪ੍ਰਾਪਤੀ, ਨਿਤ ਯਤੀ ਪ੍ਰਤੀ ਜਲ ਨੂੰ ਰਿੜਕਦੇ, ਕਾਮ ਕਰਮ ਕਰਦੇ ਨੇ। ਗੁਰਮੁਖ ਨਾਮ ਤੇ ਆਈ ਐ ਮਤ ਤਤ ਕਢੋਲੈ। ਗੁਰੂ ਦੁਆਰੇ ਨਾਮ ਨੂੰ ਧਿਆਵਣਾ ਕਰੀਏ, ਗੁਰ ਸ਼ਬਦੀ ਗੁਰਮਤੀਏ ਬਣੀਏ। ਜਿਨ੍ਹਾਂ ਨੇ ਧਿਆਇਆ ਸੋ ਸਤਿਨਾਮ ਨੂੰ ਮੱਥ ਕੇ ਤਤ ਨੂੰ ਨਿਕਾਲ ਲੈਂਦੇ ਨੇ।
ਆਂਤਰ ਬਰਗਾਸ ਘਟ ਚਾਨਣਾ ਹਰ ਲੱਦਾ ਟੋਲੇ। ਜਬ ਗੁਰੂ ਦੇ ਸ਼ਬਦ ਦਾ ਘਟ ਦੇ ਅੰਦਰ ਚਾਨਣਾ ਹੋਇਆ, ਪ੍ਰਕਾਸ਼ ਹੋਇਆ, ਤਾਂ ਵਿਖੇ ਪ੍ਰਕਾਸ਼ ਰੂਪ ਵਾਹਿਗੁਰੂ ਤੈਨੂੰ ਢੂੰਡ ਕੇ ਲੱਭਿਆ, ਪ੍ਰਾਪਤ ਹੋਇਆ। ਆਪੇ ਭਰਮ ਬੁਲਾਏਂਦਾ ਕਿਛ ਕਹਿਣ ਨਾ ਜਾਈ। ਆਪ ਹੀ ਜੀਵਾਂ ਦੇ ਕਰਮਾਂ ਅਨੁਸਾਰ ਭਰਮ ਵਿੱਚ ਭਲਾਉਂਦਾ, ਕਿਹਾ ਕਿਛ ਤੇਰੇ ਹੁਕਮ ਪਰ ਕਿਹਾ ਨਹੀਂ ਜਾਂਦਾ, ਜੋ ਵੈਸੇ ਕਿਉਂ ਕਰਦਾ। ਵਾਹੋ ਵਾਹੋ ਸੱਚੇ ਪਾਤਸ਼ਾਹ, ਤੂੰ ਸੱਚੀ ਨਾਈ, ਤੂੰ ਸੱਚਾ ਮਾਲਕ, ਸੱਚੀ ਤੇਰੀ ਵਡਿਆਈ, ਸੋਭਾ ਕਹਿ ਜੋ ਜੀ ਪ੍ਰੀਤਮ ਕਹਿ। ਸਲੋਕ ਮਹਲਾ ਦੂਜਾ, ਨਾਨਕ ਚਿੰਤਾ ਮਤ ਕਰੋ, ਚਿੰਤਾ ਤਿਸ ਹੀ ਹੈ। ਸਤਿਗੁਰੂ ਪਾਤਸ਼ਾਹ ਜੀ, ਗੁਰੂ ਅੰਗਦ ਸਾਹਿਬ ਮਹਾਰਾਜ ਜੀ ਪਾਵਨ ਉਪਦੇਸ਼ ਬਖਸ਼ਦੇ ਨੇ, ਨਾਨਕ ਚਿੰਤਾ ਮਤ ਕਰੋ, ਚਿੰਤਾ ਤਿਸ ਹੀ ਹੈ। ਹੇ ਭਾਈ ਚਿੰਤਾ ਨਾ ਕਰ, ਤੇਰੀ ਚਿੰਤਾ ਤਾਂ ਤਿਸ ਵਾਂਗੇ ਗੁਰੂ ਨੂੰ ਹੈ, ਜਿਸਨੇ ਤੈਨੂੰ ਸਾਜਿਆ, ਸੁੰਦਰ ਤਨ ਬਣਾਇਆ, ਉਹ ਤੇਰੀ ਪਾਲਣਾ ਵੀ ਕਰੇਗਾ, ਪਰਵਰਿਸ਼ ਵੀ ਕਰੇਗਾ। ਉਹ ਕੈਸਾ ਮਾਲਕ ਜੋ ਜੀ ਪ੍ਰੀਤਮ ਹੈ, ਉਹ ਇੱਕ ਦਾ ਦਾਤਾ ਸਭਨਾ ਦਾ ਦਾਤਾ, ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰਦਾ, ਉਹ ਸਭਨਾ ਦਾ ਦਾਤਾ। ਪਾਤਸ਼ਾਹ ਪਰਮਾਉਂਦੇ ਨੇ, ਜਲ ਮੈਂ ਜਾਣਦੇ ਉਪਾਇਨ ਤਿਨਾ ਭੇਰੂ ਜੀ ਰੇ। ਐਸਾ ਵਿਦਾ ਵਾਹੀ ਗੁਰੂ ਰੰਕਾ, ਹੇ ਪਿਆਰੇ ਆ ਤੂੰ ਕੋਈ ਚਿੰਤਾ ਵਿੱਚ ਨਹੀਂ, ਦੇਖ ਜਲ ਦੇ ਵਿੱਚ ਵੀ ਜੀਵ ਸਾਜੇ ਨੇ ਪਰਮੇਸ਼ਰ ਜਲ ਦੇ ਵਿੱਚ, ਤਿਨਾ ਨੂੰ ਵੀ ਜੋ ਜਲ ਵਿੱਚ ਰਹਿੰਦੇ ਨੇ ਉਹਨਾਂ ਨੂੰ ਰੋਜੀ ਮੇਰਾ ਵਾਹੀ ਗੁਰੂ ਦਿੰਦਾ। ਕੋਈ ਉੱਥੇ ਹੱਟ ਨਹੀਂ ਚੱਲਦੀ, ਨਾ ਕੋਈ ਖੇਤੀ ਕਰਦਾ ਹੈ ਜਲ ਵਿੱਚ, ਉੱਥੇ ਰੋਜੀ ਮਿਲਦਾ ਹੀ, ਤੈਨੂੰ ਕਿਉਂ ਨਾ ਮਿਲੇਗੀ। ਜਲ ਮਹਿ ਜਾਂਦੇ ਉਪਾਇਨ ਤਿਨਾ ਭੇ ਰੋਜੀ ਦੇ, ਉਥੇ ਹੱਟ ਨਾ ਚੱਲਈ, ਨਾ ਕੋ ਕਿਰਸ ਕਰੇ। ਉਸ ਜਲ ਵਿੱਚ ਕੋਈ ਹੱਟੀ ਵੀ ਨਹੀਂ ਚੱਲਦੀ, ਨਾ ਕੋਈ ਖੇਤੀ ਕਰਦਾ। ਸੌਦਾ ਬੂਲ ਨਾ ਹੋ ਬਈ ਨਾ ਕੋ ਲੈਣਾ ਦੇ, ਉੱਥੇ ਸੌਦਾ ਕਦਾਚਿਤ ਨਹੀਂ ਹੁੰਦਾ, ਕੋਈ ਸੌਦਾਗਰੀ ਨਹੀਂ ਹੁੰਦੀ, ਨਾ ਕੋਈ ਉੱਥੇ ਉਧਾਰ ਹੀ ਲੈਂਦਾ ਦਿੰਦਾ, ਕੋਈ ਵੀ ਨਹੀਂ। ਪਾਤਸ਼ਾਹ ਫਰਮਾਉਂਦੇ ਨੇ ਫਿਰ ਕਿਵੇਂ ਵੀ ਹਾਲ ਚੱਲਦਾ। ਸਤਿਗੁਰੂ ਦੱਸਦੇ ਨੇ, ਜੀਆ ਕਾ ਆਹਾਰ ਜੀ ਖਾਣਾ ਇਹੋ ਕਰੇ। ਉਸ ਪਰਮੇਸ਼ਰ ਨੇ ਇਹ ਬਖਸ਼ਿਸ਼ ਰਹਿਮਤ ਕੀਤੀ ਹੈ, ਇਹ ਵਿਧਾਨ ਮਰਿਆਦਾ ਥਾਪੀ ਹੈ, ਤੇ ਜੀਵਾਂ ਦਾ ਆਗਾਜ਼ ਜੀਵ ਹੀ ਬਣਾਏ ਨੇ। ਚੋਜੀ ਪ੍ਰੀਤਮ ਦੇ ਚੋਜ ਪਿਆਰੀ ਉਹ ਪਹਿਨਣ ਨੇ, ਕੋਈ ਇੰਦਰ ਕਰਕੇ ਕਹਿ ਨਹੀਂ ਸਕਦਾ ਉਸ ਦਾਤੇ। ਭੋਜਨ ਇਹੀ ਕਰਦੇ ਨੇ, ਇਹੀ ਖਾਣਾ, ਜੀਆਂ ਕਾ ਆਹਾਰ ਜੀ ਖਾਣਾ ਇਹੋ। ਪਾਤਸ਼ਾਹ ਇਹ ਵੀ ਫਰਮਾਉਂਦੇ ਨੇ, ਬੇਚੇ ਉਪਾਏ ਸਾਇਰਾ ਤੇਨਾ ਬੇਸਾਰ ਕਰੇ। ਜੋ ਸਮੁੰਦਰਾਂ ਦੇ ਵਿੱਚ ਉਤਪਤ ਕੀਤੇ ਨੇ ਤਿਨਾਂ ਦੀ ਵੀ ਸਾਰ ਲੈਂਦਾ, ਖਬਰ ਲੈਂਦਾ ਹੈ ਸਮੁੰਦਰਾਂ,
ਸਾਇਰ ਸਮੁੰਦਰ ਨੂੰ ਕਹਿੰਦੇ ਨੇ, ਵਿੱਚ ਉਪਾਏ ਸਾਇਰ ਤਿੰਨਾਂ ਪੇ ਸਾਰ ਕਰੇ, ਉੱਥੇ ਵੀ ਰੋਜੀ ਦਿੰਦਾ ਜੀਵਾਂ ਦੀ, ਪਰਮੇਸ਼ਰ ਖਬਰ ਲੈਂਦਾ ਉਹ ਕੈਸਾ ਮਾਲਕ। ਸਮੁੰਦਰ ਵਿੱਚ ਵੀ ਐਸੇ ਜੀਵ ਨੇ ਜੋ ਸਮੁੰਦਰ ਦਾ ਖਾਰਾ ਜਲ ਨਹੀਂ ਪੀਂਦੇ, ਫਿਰ ਉੱਥੇ ਵਾਸ਼ ਪੈਂਦੀ ਹੈ ਮੋਹਲੇ ਤਾਲ ਵੀ, ਉਹ ਜਲ ਪੀਂਦੇ ਜੋ ਖਾਰਾ ਜਲ ਪੀਂਦੇ, ਕਿਉਂਕਿ ਪਰਮੇਸ਼ਰ ਸਭਨਾ ਦੀ ਪਾਲਣਾ ਪਰਵਿਸ਼ ਆਪ ਕਰਦਾ। ਪਾਤਸ਼ਾਹ ਫਰਮਾਉਂਦੇ ਨੇ, ਦੱਦਾ ਦਾਤਾ ਏਕ ਹੈ ਸਭ ਕੋ ਦੇਵਨ, ਦੇਤਾ ਤੋਟ ਨਾ ਆਵਈ ਅਗੰਤ ਭਰੇ ਭੰਡਾਰ, ਉਹਦੇ ਭੰਡਾਰੇ ਭਰੇ ਪਏ ਨੇ, ਸੈਲ ਪੱਥਰ ਮੈਂ ਜੰਤ ਉਪਾਏ, ਤਾਂ ਕਾ ਰਿਜਕ ਆਗੇ ਕਰਤ ਰਿਹਾ, ਪੱਥਰ ਕਠੋਰ ਤਾਂ ਚੋ ਮਾਰਗ ਨਾ ਕੀ, ਕੋਈ ਮਾਰਗ ਨਾ। ਮਹਾਤਮਾ ਅੱਗੇ ਸੇਵਕ ਨੇ ਬੇਨਤੀ ਕੀਤੀ, ਮਹਾਂਪੁਰਖੋ ਸਤਿਗੁਰਾਂ ਨੇ ਬਾਣੀ ਵਿੱਚ ਇਹ ਬਖਸ਼ਿਸ਼ਾਂ ਕੀਤੀਆਂ ਨੇ ਕਿ ਪੱਥਰ ਵਿੱਚ ਵੀ ਪਾਲਣਾ ਕੋਈ ਮਾਰਗ ਨਹੀਂ, ਕਿਵੇਂ ਪਾਲਣਾ, ਕਦੇ ਦੇਖਿਆ ਦੇਖਿਆ। ਮਹਾਤਮਾ ਜਾ ਰਹੇ ਸਨ ਨਾਲ ਸੇਵਕ, ਕੰਮ ਚੱਲ ਰਿਹਾ ਸੀ, ਪੱਥਰ ਚੀਰੇ ਜਾ ਰਹੇ ਸਨ, ਮਹਾਤਮਾ ਉੱਥੇ ਖਲੋ ਗਏ, ਕਹਿਣ ਲੱਗੇ ਉਹਨਾਂ ਅਹਿਲਕਾਰ ਜੋ ਲੱਗੇ ਸੀ ਕਾਰੀਗਰ ਕੰਮ ਕਰਨ ਵਾਲੇ, ਕਿ ਇਸ ਪੱਥਰ ਨੂੰ ਆਪਣੀ ਘੋਕ ਰੱਖੀ, ਇਸ ਇੱਥੋਂ ਚੀਰੋ, ਚੀਰਿਆ ਫਿਰ ਪੱਥਰ ਖੋਰ ਕੀੜਾ ਉਸਦੀ ਰੋਜੀ ਵਿੱਚ ਹੀ ਪਈ। ਦੇਖ ਕੇ ਸਭ ਅਸਚਰਜ ਹੋ ਗਏ ਕਿ ਜੋ ਸਤਿਗੁਰਾਂ ਨੇ ਬਾਣੀ ਵਿੱਚ ਲਿਖਿਆ ਉਸ ਪੱਥਰ ਵਿੱਚ ਵੀ ਰੋਜੀ ਦਿੰਦਾ, ਪੱਥਰ ਖੋਰ ਕੀੜਾ ਰੋਜੀ ਖਾ ਰਿਹਾ, ਕੋਈ ਮਾਲਕ ਨਹੀਂ, ਕਿਉਂਕਿ ਉਹ ਮਾਲਕ ਬੜਾ ਬੇਅੰਤ ਹੈ। ਮਨੁੱਖ ਸੁਤੇ ਚਿੰਤਾ ਤੁਰ ਹੋ ਜਾਂਦਾ ਹੈ, ਕਿਵੇਂ ਪਾਲਣਾ, ਕਿਵੇਂ ਪਰਿਵਾਰ ਦੀ ਪਾਲਣਾ, ਪਰ ਚੋਜੀ ਪ੍ਰੀਤਮ ਦੇ ਚੋਜ ਪੈਂਦੇ, ਉਹ ਦਾਤਾ ਬੜਾ ਬੇਅੰਤ, ਇੱਕ ਦਾ ਦਾਤਾ ਨਹੀਂ, ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਇਆ, ਉਹ ਆਪ ਪਾਲਣਾ ਕਰਦਾ, ਸਭਨਾ ਦੀ ਖਬਰ ਲੈਂਦਾ। ਪਾਤਸ਼ਾਹ ਫਰਮਾਉਂਦੇ ਨੇ, ਨਾਨਕ ਚਿੰਤਾ ਮਤ ਕਰੋ, ਚਿੰਤਾ ਤਿਸ ਹੀ ਹੈ, ਚਿੰਤਾ ਮਤ ਕਰ ਹੇ ਪਿਆਰਿਆ, ਤੇਰੀ ਚਿੰਤਾ ਤਿਸ ਵਾਹੇ ਗੁਰੂ ਨੂੰ ਹੈ ਜਿਸਨੇ ਤੈਨੂੰ ਸਾਜਿਆ, ਦੇਖ ਤੇਰਾ ਜਨਮ ਬਾਅਦ ਵਿੱਚ ਹੋਇਆ, ਪਹਿਲਾਂ ਰਿਜਕ ਪਹੁੰਚਾ ਦਿੱਤਾ ਹੈ, ਪਹਿਲੋਂ ਦੇ ਤੈ ਰਿਜਕ ਸਵਾਹਾ, ਪਿੱਛੋਂ ਦੇ ਤੈ ਜਾਂਦੇ ਹੋ। ਚੋਜੀ ਪ੍ਰੀਤਮ ਦੇ ਚੋਜ ਪੈਣੇ ਪਿਆਰੇ, ਉਹ ਵੱਡਾ ਮਾਲਕ ਹੈ। ਨਾਨਕ ਚਿੰਤਾ ਮਤ ਕਰੋ, ਚਿੰਤਾ ਤਿਸ ਹੀ ਹੈ ਜਿਸ ਵਾਂਗੇ ਗੁਰੂ ਨੂੰ ਚਿੰਤਾ ਹੈ, ਜਿਸਨੇ ਜੀ ਪੈਦਾ ਕੀਤੇ ਨੇ ਸਾਜੇ ਨੇ, ਉਹ ਪਾਲਣਾ ਵੀ ਆਪ ਕਰਦਾ ਹੈ। ਰੋਜੀ ਹੀ ਰਾਜ ਬਲੋਕ ਤਾਂ ਰਾਜ ਕਰੋ, ਖਰੋਹਾਨ ਕੀ ਰੋਜੀ ਨਾ ਟਾਰੈ, ਮਹਲਾ ਪਹਿਲਾ ਨਾਨਕ ਇਹੋ ਜੀਓ ਮਛਲੀ ਜੀਵਰ ਤ੍ਰਿਸ਼ਨਾ ਕਾਲ, ਇਹ ਜੀਵ ਤ੍ਰਿਸ਼ਨਾ ਵਾਲਾ ਤ੍ਰਿਸ਼ਨਾਲੂ, ਸੋ ਤਾਂ ਮੱਛੀ ਹੈ ਪਿਆਰੇ, ਸੋ ਮਾਰਨੇ ਵਾਲਾ ਜੀਵਰ ਹੈ। ਪਾਤਸ਼ਾਹ ਫਰਮਾਉਂਦੇ, ਮਨੁਆ ਆਂਦਨਾ ਚੇਤਈ ਪੜੈ ਅਚਿੰਤਾ ਜਾਲ,
ਇਹ ਜੀਵ ਅਗਿਆਨੀ ਨਹੀਂ ਚੇਤਦਾ। ਪਰਮੇਸ਼ੁਰ ਦੇ ਸਨਮੁਖ ਨਹੀਂ ਹੁੰਦਾ, ਨਾਮ ਨਹੀਂ ਜਪਦਾ, ਇਸ ਤੇ ਅਚੇਤ ਹੀ ਮੌਤ ਦਾ ਸਮਾਂ ਰੂਪ ਜਾਲ ਆ ਪਵੇਗਾ। ਜੋ ਮਨ ਚਿੱਤ ਨਾ ਚੇਤੇ ਸੰਸੋ ਗਾਲੀ ਰੱਬ ਕੀ ਉਹ ਰੱਬ ਕਰਦਾ। ਮਨੁਆ ਅੰਧ ਨਾ ਚੇਤੀ ਪੜੈ ਅਚਿੰਤਾ ਜਾ, ਅਚਿੰਤਾ ਜਾਲ ਪੈਂਦਾ ਹੈ। ਪਾਤਸ਼ਾਹ ਫਰਮਾਉਂਦੇ ਨੇ ਨਾਨਕ ਚਿੱਤ ਅਚੇਤ ਹੈ ਚਿੰਤਾ ਵਧਾ ਜਾ। ਇਹ ਜੀਵ ਦਾ ਚਿੱਤ ਪਰਮਾਤਮਾ ਸੀ ਭੁੱਲ ਗਿਆ, ਪਰਮੇਸ਼ੁਰ ਤੋਂ ਬੇਮੁਖ ਹੋਇਆ ਤੇ ਚਿੰਤਾ ਖਾਣ ਪਾਣ ਦੀ ਵਿੱਚ ਵੱਧਾ ਪਲੋਕ ਨੂੰ ਚਲਾ ਜਾ। ਕਿਉਂਕਿ ਜੋ ਅਚਿੰਤ ਨੂੰ ਜਪਦਾ ਕੀ ਨਹੀਂ ਉਹ ਚਿੰਤਾ ਤੁਰ ਹੋ ਜਾਂਦਾ। ਪਾਤਸ਼ਾਹ ਤਾਂ ਫਰਮਾਉਂਦੇ ਨੇ ਨਾ ਕਰ ਚਿੰਤ ਚਿੰਤਾ ਹੈ ਕਰਤੇ, ਤੇਰੀ ਚਿੰਤਾ ਤਾਂ ਕਰਤਾ ਪੁਰਖ ਰੂਪ ਹੈ, ਤੂੰ ਕਿਉਂ ਚਿੰਤਾ ਤੁਰ ਹੋਇਆ। ਅਚਿੰਤ ਨੂੰ ਯਾਦ ਕਰ, ਉਹ ਕੈਸਾ ਮਾਲ ਆਪ ਹੀ ਪਾਲਣਾ ਕਰਦਾ ਹੈ, ਰੋਜੀ ਦਿੰਦਾ। ਉਹ ਦਾਤਾ ਇੱਕ ਦਾ ਨਹੀਂ ਸਭਨਾ ਦਾ ਦਾਤਾ, ਉਸਦੇ ਦਰ ਦੇ ਸਾਰੇ ਹੀ ਮੰਗਤੇ ਨੇ। ਇਹ ਹੈ ਕੋਈ ਵੱਡਾ ਕੋਈ ਛੋਟਾ ਹੈ ਮੰਗਤੇ, ਉਹ ਦਾਤਾ ਬੜਾ ਦਿਆਲੂ ਤੇ ਕਿਰਪਾਲੂ ਹੈ। ਪਾਤਸ਼ਾਹ ਫਰਮਾਉਂਦੇ ਨੇ ਨਾਨਕ ਚੇਤੇ ਅਚੇਤ ਹੈ ਚਿੰਤਾ ਵਧਾ ਜਾਏ। ਇਹ ਜੀਵ ਦਾ ਚਿੱਤ ਪਰਮਾਤਮਾ ਤੋਂ ਭੁੱਲ ਗਿਆ, ਅਜੇ ਜਪਦਾ ਸਨਮੁਖ ਨਹੀਂ ਹੁੰਦਾ ਤੇ ਚਿੰਤਾ ਖਾਣ ਪਾਣ ਦੇ ਵਿੱਚ ਵੱਧਾ ਪਰਲੋਕ ਨੂੰ ਚਲਾ ਜਾਂਦਾ ਹੈ। ਚਿੰਤਾ ਤੋਂ ਹੋਇਆ ਕਿ ਮਨੁੱਖ ਬਿਰਤੂ ਹੋ ਜਾਂਦਾ, ਪਰਿਵਾਰ ਸੰਬੰਧੀਆਂ ਦੀ ਚਿੰਤਾ, ਧਨ ਪਦਾਰਥਾਂ ਦੀ ਚਿੰਤਾ ਵਿੱਚ ਹੀ ਬਿਰਤੂ ਹੋ ਗਿਆ। ਲਾਹਾ ਨਾ ਖਟਿਆ, ਕਾਲਿਆਂ ਤੋਂ ਧੌਲੇ ਆ ਗਏ, ਜਵਾਨੀ ਤੋਂ ਵਡੇਪਾ ਆ ਗਿਆ, ਪਰ ਅਜੇ ਵੀ ਮਨ ਨਾ ਪਤੀਜਿਆ। ਨਦਰ ਕਰੇ ਜੇ ਆਪਣੀ ਤਾਂ ਆਪੇ ਲੈ ਬਲਾਏ, ਜੇ ਆਪਣੀ ਕਿਰਪਾ ਦ੍ਰਿਸ਼ਟੀ ਕਰੇ ਵਾਹਿਗੁਰੂ ਤੋ ਆਪਣੇ ਵਿੱਚ ਬੁਲਾ ਲੈਂਦਾ ਹੈ ਪਿਆਰੇ। ਪੌੜੀ ਸੇਜਨ ਸਾਚੇ ਸਦਾ ਸਦਾ ਜਿਨੀ ਹਰ ਰਸ ਪੀਤਾ, ਹੇ ਵਾਹਿਗੁਰੂ ਜਿਨ੍ਹਾਂ ਨੇ ਤੇਰੇ ਨਾਮ ਰਸ ਨੂੰ ਪੀਤਾ ਉਹ ਪੁਰਸ਼ ਸਦੀਵੀ ਸੱਚੇ, ਨਾਮ ਦੇ ਰਸੀਏ ਨਾਮ ਜਪਦੇ। ਗੁਰਮੁਖ ਸੱਚਾ ਮਨ ਵਸੈ ਸੱਚ ਸੌਦਾ ਕੀਤਾ, ਇਹ ਵਾਹਿਗੁਰੂ ਤੂੰ ਗੁਰੂ ਦੁਆਰੇ ਜਿਨ੍ਹਾਂ ਦੇ ਮਨ ਵਿੱਚ ਵਸਦਾ ਤਿਨ੍ਹਾਂ ਨੇ ਤੇਰੇ ਸੱਚ ਨਾਮ ਦਾ ਸੌਦਾ ਕੀਤਾ। ਧੰਨਵੰਤ ਨਾਮ ਕੇ ਵਣਜਾਰੇ, ਉਹ ਨਾਮ ਦੇ ਵਣਜਾਰੇ ਨੇ, ਬੇਮੋਹਤਾਜ ਬੇਪਰਵਾਹ ਰਹਿੰਦੇ ਨੇ, ਵਿਚਰਦੇ ਨੇ ਤੇਰੇ ਨਾਮ ਦੇ ਉਪਾਸ਼, ਕਿਉਂਕਿ ਪਿਆਰੀ ਉਹ ਨਾਮ ਵਿੱਚ ਬੜੀਆਂ ਬਰਕਤਾਂ। ਜਪ ਲਵੇ ਨਾਮ ਨੂੰ ਜਗਤ ਦੇ ਪਦਾਰਥ ਤੁਛ ਨੇ ਤਾਂ ਚੱਲ ਕੇ ਆ ਜਾਂਦੇ ਨੇ। ਨਾਮ ਪਰਮੇਸ਼ਰ ਦਾ ਅਮੋਲਕ ਹੈ, ਜਿਸ ਨਾਮ ਨੂੰ ਹੀ ਧੰਨ ਧੰਨ ਬਾਬਾ ਨੰਦ ਸਿੰਘ ਮਹਾਰਾਜ ਜੀ ਨੇ ਜਪਿਆ, ਨਾਮ ਹੀ ਜਪਾਇਆ ਜੰਗਲਾਂ ਵਿੱਚ ਮੰਗਲ ਲੱਗਦਾ। ਜੋ ਸਤਿਗੁਰੂ ਪਾਤਸ਼ਾਹ ਫਰਮਾਉਂਦੇ ਨੇ ਪਿਆਰਿਆ ਨਾਮ ਜਪ, ਸੇ ਜਨ ਸਾਚੇ ਸਦਾ 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 ਸਦੀਵੀ ਸੱਚੇ ਨੇ, ਸਚਿਆਰ ਸਿੱਖ ਬਹਿ ਹੈ ਸਤਿਗੁਰ ਪਾਸ, ਗੁਰੂ ਦੇ ਹਜੂਰ ਬਹਿੰਦੇ ਨੇ ਬਖਸ਼ਿਸ਼ਾਂ ਲੈਂਦੇ ਨੇ। ਜਿੰਨੀ ਹਰ ਰਸ ਪੀਤਾ, ਜਿਨ੍ਹਾਂ ਨੇ ਸੱਚੇ ਦੇ ਨਾਮ ਦਾ ਰਸ ਪੀਤਾ, ਉਹ ਰਸ ਕਿਵੇਂ ਪੀਤਾ ਜਾਂਦਾ, ਕਿਵੇਂ ਰਸ ਆਵੇਗਾ ਜੇ ਦੂਜੀਆਂ ਰਸਾਂ ਨੂੰ ਛੱਡੇਗਾ।
ਦੁੱਖ ਸੁਤੇ ਕਹਿੰਦਾ ਨਾਮ ਦਾ ਰਸ ਨਹੀਂ ਆਇਆ ਨਾਮ ਨਹੀਂ ਵਸਦਾ। ਪਾਤਸ਼ਾਹ ਫਰਮਾਉਂਦੇ ਨੇ ਰਸ ਸੋਇਨਾ ਰਸ ਰੂਪਾ ਕਾਮਣ ਰਸ ਪਰਮਲ ਕੀ ਵਾਸ ਰਸ ਘੋੜੇ ਰਸ ਸੇਜਾ ਮੰਦਰ ਰਸ ਮੀਠਾ ਰਸ ਮਾਸ ਇਤੇ ਰਸ ਸਰੀਰ ਕੇ ਕਹਿ ਘਟ ਨਾਮ ਨਿਵਾਸ। ਇਤਨੀਆਂ ਰਸਾਂ ਨੂੰ ਤੂੰ ਗ੍ਰਹਿਣ ਕਰ ਚੁੱਕਾ ਗ੍ਰਹਿਣ ਕਰ ਰਿਹਾ ਤੇ ਨਾਮ ਦਾ ਰਸ ਕਿਵੇਂ ਆ ਗਿਆ ਕਿਵੇਂ ਨਾਮ ਵਸੇਗਾ। ਉਹ ਰਸ ਛੱਡ ਇਹ ਰਸ ਆਵਾ ਉਹ ਰਸ ਛੱਡੀਗਾ ਫਿਰ ਨਾਮ ਦਾ ਰਸ ਆ ਕਿਉਂਕਿ ਉਹ ਰਸਾਂ ਵਿੱਚ ਰਸਨਾ ਰਚੀ ਪਰ ਪਿਆਸ ਭੁੱਖ ਫਿਰ ਵੀ ਨਹੀਂ ਜਾਂਦੀ। ਪਾਤਸ਼ਾਹ ਗੁਰੂ ਅਮਰਦਾਸ ਮਹਾਰਾਜ ਜੀ ਫਰਮਾਉਂਦੇ ਨੇ ਰਸਨਾ ਨੂੰ ਸੰਬੋਧਨ ਕਰਦੇ ਇਹ ਰਸਨਾ ਤੂੰ ਅੰਨ ਰਸ ਰਾਤ ਰਹੀ ਇਹ ਰਸਨਾ ਤੂੰ ਬੜੀਆਂ ਰਸਾਂ ਨੂੰ ਰਸ ਰਹੀ ਚੱਖ ਰਹੀ ਬੜੇ ਰਸ ਭੋਗ ਭੋਗੇ ਨੇ 36 ਪ੍ਰਕਾਰ ਦੇ ਭੋਜਨ ਰਸ ਮਾਣੇ ਨੇ ਤੂੰ ਪਰ ਭੁੱਖ ਤੇ ਪਿਆਸ ਤੇਰੀ ਫਿਰ ਵੀ ਨਹੀਂ। ਪਾਤਸ਼ਾਹ ਫਰਮਾਉਂਦੇ ਨੇ ਇਹ ਰਸਨਾ ਤੂੰ ਅੰਨ ਰਸ ਰਾਤ ਰਹੀ ਤੇਰੀ ਪਿਆਸ ਨਾ ਜਾਏ ਪਿਆਸ ਨਾ ਜਾਏ ਹੋਰਤ ਕਿਤੇ ਜਿੱਚਰ ਹਰ ਰਸ ਪੱਲੇ ਨਾ। ਭਾਵੇਂ ਤੂੰ ਬੜੇ ਰਸਾਂ ਨੂੰ ਭੋਗਾਂ ਨੂੰ ਭੋਗ ਪਿਆਸ ਭੁੱਖ ਜਾਣੀ ਨਹੀਂ ਜਦ ਤੱਕ ਤੂੰ ਨਾਮ ਦਾ ਰਸ ਨਹੀਂ ਕਿਉਂਕਿ ਜੋ ਨਾਮ ਦੇ ਰਸੀਏ ਉਹਨਾਂ ਨੂੰ ਜਗਤ ਦੇ ਰਸ ਤੁਸ਼ ਪ੍ਰਤੀਤ ਹੁੰਦੇ ਨੇ ਜਿਨ੍ਹਾਂ ਨੇ ਰਸ ਨਾਮ ਦਾ ਲਿਆ। ਪਾਤਸ਼ਾਹ ਫਰਮਾਉਂਦੇ ਨੇ ਗੁਰਮੁਖ ਸੱਚਾ ਮਨ ਵਸੈ ਸੱਚ ਸੌਦਾ ਕੀਤਾ ਕੀ ਮੇਰੇ ਵਾਹਿਗੁਰੂ ਗੁਣ ਜੋ ਗੁਰੂ ਦੁਆਰੇ ਗੁਰਮੁਖ ਜਿਨ੍ਹਾਂ ਦੇ ਮਨ ਵਿੱਚ ਤੂੰ ਵਸਦਾ ਜਿਨ੍ਹਾਂ ਨੇ ਤੇਰੇ ਸੱਚ ਨਾਮ ਦਾ ਸੌਦਾ ਕੀਤਾ ਉਹ ਨਾਮ ਨੂੰ ਜਪਦੇ ਨੇ ਨਾਮ ਜਪਾਉਂਦੇ ਉਹ ਬਣ ਜਾ ਰਹੇ ਧੰਨਵੰਤ ਨਾਮ ਕੇ ਬਣ ਜਾ ਰਹੇ ਆਪ ਜਪਦੇ ਤੇ ਜਪਾਉਂਦੇ ਨੇ ਸੌਦਾ ਦਾ ਰੱਬ ਦੇ ਜਨ ਕਰਦੇ ਨੇ। ਭਗਤ ਕਬੀਰ ਜੀ ਦੇ ਵੀ ਪਾਵਨ ਬਚਨ ਨੇ ਕਿੰਨ ਹੀ ਬਣ ਜਿਆ ਕਾਂਸੀ ਤਾਂਬਾ ਕਿੰਨ ਹੀ ਲੌਂਗ ਸੁਪਾਰੀ ਸੰਤੋ ਬਣ ਜਿਆ ਨਾਮ ਗੋਬਿੰਦ ਕਹਿ ਸੀਖੇ ਪਵਾਰੀ ਬਣਜ ਨਾਮ ਦਾ ਕੀਤਾ ਰੱਬ ਦੇ ਜਨਾਂ ਨੇ। ਪਾਤਸ਼ਾਹ ਫਰਮਾਉਂਦੇ ਨੇ ਸਭ ਕਿਛ ਘਰ ਹੀ ਮਾਹੇ ਹੈ ਵੱਡ ਭਾਗੀ ਲੀਤਾ ਸਭ ਕੁਛ ਗੁਣ ਔਰ ਪਰਮੇਸ਼ਰ ਘਰ ਹਿਰਦੇ ਵਿੱਚ ਵੱਡ ਭਾਗੀਆਂ ਨੇ ਲਿਆ ਸਭ ਕੁਛ ਘਰ ਹੀ ਮਾਹੀ ਇਸ ਤਨ ਵਿੱਚ ਹੀ ਸਭ ਕੁਝ ਕਿਤੇ ਦੂਰ ਪਰ ਗੁਰਮੁਖ ਵੱਡ ਭਾਗੀਆਂ ਨੇ ਪ੍ਰਾਪਤ ਕੀਤਾ ਜੋ ਬ੍ਰਹਿ ਪਿੰਡੇ ਸੋਈ ਪਿੰਡੇ ਜੋ ਖੋਜੈ ਸੋ ਪਾਵੈ ਜੋ ਬ੍ਰਹਿਮੰਡ ਵਿੱਚ ਦੇਖਦੇ ਆਪਣੇ ਅੰਦਰ ਹੈ ਖੋਜਦਾ ਪਾ ਲੈਂਦਾ ਖੋਜੀ ਖੋਜ ਲੱਦਾ ਹਰ ਸੰਤਨ ਪਾਹਾ ਰਾਮ ਰੱਬ ਦੇ ਜਨਾਂ ਨੇ ਪਾਇਆ ਅੰਤਰ ਤ੍ਰਿਸਨਾ ਬਲ ਗਈ ਹਰ ਗੁਣ ਗਾਵੀਤਾ ਪਾਤਸ਼ਾਹ ਫਰਮਾਉਂਦੇ ਨੇ ਜਿਨ੍ਹਾਂ ਦੀ ਅੰਤਸ਼ਕਰਨ ਤੇ ਵਿਸ਼ਿਆਂ ਦੀ ਵਿਕਾਰਾਂ ਦੀ ਰਿਸ਼ਨਾ ਬਲ ਗਈ ਵਿਸ਼ਿਆਂ ਵਿਕਾਰਾਂ ਨੂੰ ਤਿਆਗ ਦਿੱਤਾ ਅੰਤਰ ਤ੍ਰਿਸ਼ਨਾ ਮਰ ਗਈ ਹਰ ਗੁਣ ਗਾਵੀਤਾ ਕੇ ਵਾਹਿਗੁਰੂ ਤੇਰੇ ਗੁਣਾਂ ਨੂੰ ਗਾਉਂਦੇ ਨੇ ਆਪੇ ਮੇਲ ਮਲਾਇਨ ਆਪੇ ਦੇਵ ਜਾਈ ਤਿਨ੍ਹਾਂ ਨੂੰ ਆਪਣੇ ਮੇਲ ਸਤਸੰਗ ਵਿੱਚ ਮਿਲਾਇਆ ਆਪ ਮਿਲਾਉਂਦਾ ਪਰਮੇਸ਼ਰ ਆਪ ਹੀ ਤਿਨ੍ਹਾਂ ਨੂੰ ਬੂਝ ਬੁਝਾ ਦਿੰਦਾ ਵਾਹੋ ਵਾਹੋ ਸੱਚੀ ਪਾਤਸ਼ਾਹ ਤੂੰ ਸੱਚੀ ਨਾਈ ਤੂੰ ਸੱਚਾ ਬਾਲ ਧੰਨ ਹੈ ਧੰਨ ਹੈ
ਚੋਜੀ ਪ੍ਰੀਤਮ ਤੇਰੇ ਚੋਜ ਪੈਂਦਾ ਨੇ, ਸੱਚੀ ਤੇਰੀ ਵਡਿਆਈ ਸੋਭਾ। ਸਲੋਕ ਮਹਲਾ ਪਹਿਲਾ, ਵੇਲ ਪਜਾਇਆ ਕਤ ਬਣਾਇਆ। ਗੁਰੂ ਨਾਨਕ ਦੇਵ ਮਹਾਰਾਜ ਪਾਵਨ ਉਪਦੇਸ਼ ਫਰਮਾਉਂਦੇ ਨੇ, ਦ੍ਰਿਸ਼ਟਾਂਤ ਦੇ ਕੇ ਸਮਝਾਉਂਦੇ ਨੇ ਪਾਤਸ਼ਾਹ। ਵੇਲ ਪਜਾਇਆ ਕਤ ਬਣਾਇਆ, ਜੀਵ ਤੇ ਈਸ਼ਵਰ ਦੀ ਭੇਦਤਾ ਵਿੱਚ ਅੰਤਰੀ ਸਾਧਨਾ ਨੂੰ ਵਸਤਰ ਦੇ ਦ੍ਰਿਸ਼ਟਾਂਤ ਕਰਕੇ ਸਮਝਾਉਂਦੇ ਨੇ ਕਿ ਬਾਹਰ ਤੋਂ ਸਪਸ਼ਟ ਹੈ, ਅੰਤਰੀ ਅਰਥ ਫਰਮਾਉਂਦੇ ਨੇ ਪਾਤਸ਼ਾਹ। ਪਹਿਲੇ ਵੈਰਾਗ ਧਾਰਿਆ, ਵਿਵੇਕ ਹੋਇਆ, ਖੱਟ ਸੰਮਤੀ ਹੋਈ, ਖਿੱਚਾ ਹੋ ਗਈ, ਕੱਟ ਕੁੱਟ ਕਰ ਖੁੰਭ ਜੜਾਇਆ। ਜੋ ਪ੍ਰਮਾਣਗਤ ਸੰਸਾ ਸੀ ਸੋ ਸਰਵਣ ਕਰਕੇ ਕੱਟ ਦਿੱਤਾ। ਕਿਹਾ ਜੋ ਸਤ ਸਸਤਰ ਨੇ ਸੋ ਬ੍ਰਹਮ ਦਾ ਪ੍ਰਤੀਪਾਦਕ ਹੈ, ਅੰਨ ਵਸਤੂ ਦਾ ਪ੍ਰਤੀਪਾਦਕ, ਪ੍ਰੇਮ ਪ੍ਰੇਮੇ ਗਿਆ ਸੰਸਾ ਸੀ ਜੋ ਸੋ ਮਨਨ ਕਰਕੇ ਕੁੱਟ ਦਿੱਤਾ। ਕਿਹਾ ਸੋ ਬ੍ਰਹਮ ਰੂਪ ਕਿ ਭਿੰਨ ਖਾਤਾ ਬੇ ਸ਼ੰਕਾ ਮਿੱਟੀ, ਤਬ ਖੁੰਭ ਚੜਾਇਆ, ਜੈਸੇ ਵਸਤਾਂ ਨੂੰ ਖੁੰਭ ਵੱਲ ਚੜਾ ਕੇ ਮੈਲ ਦੂਰ ਕਰੀ, ਅਤੇ ਨਿਰਯਾਸਨ ਕਰਕੇ ਵੀ ਪਰਜੇ ਨੂੰ ਮੈਲ ਨੂੰ ਦੂਰ ਕੀਤਾ। ਦੇਹ ਅਭਿਮਾਨ ਦੂਰ ਹੋਇਆ, ਆਤਮ ਸਰੂਪ ਨੂੰ ਨਿਸ਼ਚੇ ਕਰਕੇ ਜੋ ਮੈਂ ਤਿੰਨ ਉਪਾਅ ਤੇ ਜੁਦਾ ਹੋਇਆ। ਲੋਹਾ ਵੱਡੇ ਦਰਜੀ ਪਾੜੇ ਸੂਈ ਧਾਗਾ ਸੀਵੈ, ਪਾਤਸ਼ਾਹ ਫਰਮਾਉਂਦੇ ਲੋਹਾ ਵੱਡੇ ਦਰਜੀ ਪਾੜੇ ਸੂਈ ਧਾਗਾ। ਲੋਹ ਵਰਣ ਰਜੋ ਗੁਣ ਸੁਰੀ ਸੰਪਤੀ ਲੋਹ ਵਾਦਕ ਵਿਕਾਰਾਂ ਨੂੰ ਵੱਡਿਆ, ਅੰਦਰ ਜੋ ਜੀਉ ਭਾਵਕ ਹੈ ਜਦੋਂ ਪਾੜ ਦਿੱਤਾ, ਬ੍ਰਹਮਾਕਾਰ ਵਿਰਤੀ ਵਿਚਾਰ ਰੂਪ ਤਾਂਗੇ ਕਰਕੇ ਬ੍ਰਹਮ ਦੇ ਸਾਥ ਆਤਮਾ ਦੀ ਲੱਕੜਾਂ ਵਿਰਤੀ ਕਰਕੇ ਭੇਜ ਤਾਂਗੇ। ਇਹੋ ਪਤ ਪਾਟੀ ਸਿਫਤੀ ਸੀ ਪੈ ਨਾਨਕ ਜੀਵਤ ਜੀਵੈ, ਪਤੀ ਤੋਂ ਭਿੰਨਤਾ ਹੋਈ ਹੋਈ ਇਉਂ ਪੂਰਵੋਗਤ ਪ੍ਰਕਾਸ਼ ਸੇ ਸਿਫਤੀ ਨਾਲ ਅਭੇਦਤਾ ਹੋਈ, ਜੀਵਿਤ ਨੂੰ ਵਾਹੀ ਗੁਰੂ ਨੂੰ ਪਾ ਕੇ ਫਿਰ ਜੀਵਦਾ ਹੀ ਰਹਿੰਦਾ ਹੈ, ਪਾਤਸ਼ਾਹ ਫਰਮਾਉਂਦੇ ਨੇ। ਹੋਏ ਪੁਰਾਣਾ ਕੱਪੜ ਪਾਟੈ ਸੂਈ ਧਾਗਾ ਗੰਢੈ, ਕੱਪੜਾ ਹੈ ਸੋ ਪੁਰਾਣਾ ਹੋ ਕੇ ਫਟ ਜਾਂਦਾ ਹੈ ਪਿਆਰੇ, ਫਿਰ ਸੂਈ ਧਾਗਾ ਤਿਸ ਨੂੰ ਗੰਢਦਾ ਹੈ ਕੱਪੜੇ। ਬਾਹੋ ਪੱਕ ਕੇ ਉਹ ਚੱਲੈ ਰਾਹੀ ਘੜੀ ਬਹੁਤ ਕਿਸ਼ ਖੰਡੈ, ਉਹ ਵਸਤਰ ਜੋ ਪੁਰਾਣੇ ਹੋਣੇ ਸੀ ਗੰਢਿਆ ਗਿਆ, ਸੂਈ ਨਾਲ ਸੀ ਲਿਆ ਵਸਤਰ ਆਪਾਂ, ਪਾਤਸ਼ਾਹ ਫਰਮਾਉਂਦੇ ਨੇ। ਮਹੀਨਾ 15 ਦਿਨ ਤੋਂ ਚੱਲਦਾ, ਘੜੀ ਅੱਧੀ ਘੜੀ ਥੋੜ੍ਹਾ ਸਾ ਕਾਜ ਦਿੰਦਾ ਹੈ ਫਿਰ ਫਟ ਜਾਂਦਾ। ਸੱਚ ਪੁਰਾਣਾ ਹੋਵੈ ਨਾ ਸੀਤਾ ਕਦੇ ਨਾ ਪਾਟੈ, ਗੁਰੂ ਨਾਨਕ ਦੇਵ ਮਹਾਰਾਜ ਜੀ ਫਰਮਾਉਂਦੇ ਨੇ ਪਿਆਰੀ, ਉਹ ਸੱਚ ਪੁਰਾਣਾ ਹੋਵੈ ਸੀਤਾ ਕਦੇ ਨਾ ਪਾਟੈ। ਤੂੰ ਜੋ ਸਤ ਵਸਤੂ ਦੀ ਪ੍ਰਾਪਤੀ ਰੂਪ ਵਸਤਰ ਹੈ ਸੋ ਤਾਂ ਕਦੇ ਪੁਰਾਣਾ ਨਹੀਂ ਹੁੰਦਾ, ਉਹ ਐਸੀ ਅਭੇਦਤਾ ਰੂਪ ਜੁਗਤੀਆਂ 'ਚ ਇੱਕ ਰੂਪ ਕੀਤਾ ਹੋਇਆ, ਕਦੇ ਫਟਦਾ ਭਿੰਨ ਨਹੀਂ ਹੁੰਦਾ। ਪਾਤਸ਼ਾਹ ਫਰਮਾਉਂਦੇ ਨੇ ਨਾਨਕ ਸਾਹਿਬ ਸੱਚੋ ਸੱਚਾ ਤਿੱਚਰ ਜਾਪੀ ਜਾਪੈ, ਸਿਧਾਂਤ ਫਰਮਾਉਂਦੇ ਨੇ ਗੁਰੂ ਨਾਨਕ ਦੇਵ ਮਹਾਰਾਜ ਜੀ, ਨਾਨਕ ਸਾਹਿਬ ਸੱਚੋ ਸੱਚਾ ਤਿੱਚਰ ਜਾਪੀ ਜਾਪੈ, ਜਬ ਤੱਕ ਜੀਵੀਏ ਤਬ ਤੱਕ ਨੀਚੇ ਕਰਕੇ ਸੱਚੇ ਸਾਹਿਬ ਦਾ ਨਾਮ ਜਪਦੇ ਰਹੀ।
ਰਹਾਂਗੇ ਜਬ ਤੱਕ ਜੀਵੀਏ। ਸਵਾਸ ਨੇ ਨਾਮ ਜਪਦੇ ਰਹੇ, ਨਾਮ ਨਾ ਛੱਡੇ। ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਮੇਲ ਸੇਖ ਬ੍ਰਹਮ ਜੀ ਦੇ ਨਾਲ ਹੋਇਆ। ਸੇਖ ਬ੍ਰਹਮੀ ਬ੍ਰਹਮ ਜੀ ਦੇ ਪਾਸ ਸਤਿਗੁਰੂ ਪਾਤਸ਼ਾਹ ਗਏ ਜਗਤ ਨੂੰ ਉਤਾਰਦੇ। ਤਬ ਸੇਖ ਜੀ ਮਹਿਮਾਨੀ ਦੇ ਵਾਸਤੇ ਬੱਕਰਾ ਲੈ ਆਏ ਕਿ ਮਹਿਮਾਨ ਹੀ ਆਏ ਨੇ, ਬੱਕਰਾ ਲੈ ਆਏ ਸੇਖ ਬ੍ਰਹਮ ਜੀ ਗੁਰੂ ਨਾਨਕ ਪਾਤਸ਼ਾਹ ਜੀ ਤੇ ਬੱਕਰਾ ਲੈ ਆਏ ਔਰ ਹਲਾਲ ਖਾਣੇ ਦਾ ਵਿਧਾਨ ਕੀਤਾ। ਤਾਂ ਪਾਤਸ਼ਾਹ ਗੁਰੂ ਨਾਨਕ ਦੇਵ ਮਹਾਰਾਜ ਜੀਵਰੂ ਬੱਕਰੇ ਦੇ ਕੋਹਣੇ ਦੇ ਪ੍ਰਕਾਰ ਕਰਕੇ ਵੀ ਸਤਿਗੁਰੂ ਉਪਦੇਸ਼ ਦੇਣ ਲੱਗੇ, ਬਚਨ ਕਹਿਣ ਲੱਗੇ। ਸੇਖ ਬ੍ਰਹਮ ਸਨਮੁਖ ਬੈਠਾ, ਪਾਤਸ਼ਾਹ ਨੇ ਪਾਵਨ ਬਾਣੀ ਉਚਾਰੀ, ਬਚਨ ਕੀ ਕਰੇ। ਸਤਿਗੁਰੂ ਫਰਮਾਉਂਦੇ ਨੇ ਮਹੱਲਾ ਪਹਿਲਾ ਸੱਚ ਕੀ ਕਾਤੀ ਸੱਚ ਸਭ ਸਾਰ ਘਾੜਤ ਤਿਸ ਕੀ ਅਪਰੇ ਅਪਾਰ। ਹੇ ਸੇਖ ਜੀ ਨੇਚੇ ਕਰਕੇ ਸਰਬ ਵਿੱਚ ਸੱਚ ਰੂਪ ਪਰਮਾਤਮਾ ਪਰਮੇਸ਼ਰ ਨੂੰ ਸੰਭਾਲਣ ਰੂਪ ਸਾਲ ਦੀ ਕਰਨ ਅਸਾਂ ਨੇ ਕੀਤੀ ਹੈ ਕਰਨੀ। ਘਾੜਤ ਪਰਮੇਸ਼ਰ ਨੂੰ ਬੇਅੰਤ ਜਾਣਨਾ ਅਤਿਅੰਤ ਦਿਲ ਦੀ ਸਫਾਈ ਹੈ। ਘਾੜਤ ਤਿਸ ਕੀ ਅਪਰੇ ਅਪਾਰ ਸ਼ਬਦ ਸਾਣ ਰਖਾਈ ਲਾਏ ਗੁਣ ਕੀ ਠੀਕ ਹੈ ਵਿੱਚ ਸਮਾਏ। ਗੁਰੂ ਜੀ ਦਾ ਉਪਦੇਸ਼ ਰੂਪ ਜੋ ਸਾਣ ਹੈ ਤਿਸ ਪਰ ਲਗਾ ਕੇ ਰੱਖੀ ਹੈ, ਗੁਣਾ ਰੂਪ ਵਿਆਹ ਦੇ ਵਿੱਚ ਸਮਾ ਭਾਵ ਗੁਣਾ ਵਾਲੇ ਹਿਰਦੇ ਵਿੱਚ ਨੇਚਾ ਹੁੰਦਾ ਹੈ। ਤਿਸ ਦਾ ਕੁੱਠਾ ਹੋਵੇ ਸੇਖ ਲੋਹ ਲਭ ਕਥਾ ਵੇਖ। ਇਹ ਸੇਖ ਜੀ ਜੇ ਤਿਸ ਕਾਤੀ ਦਾ ਕੁੱਠਾ ਹੋਇਆ ਜੀਵ ਰੂਪ ਬੱਕਰਾ ਹੋਵੇ ਤਾਂ ਲੱਭ ਰੂਪ ਲਹੂ ਨੂੰ ਨਿਕਲਿਆ ਕੀ ਵੇ ਹੋਏ ਹਲਾਲ ਲੱਗੇ ਖੱਕ ਜਾਏ ਨਾਨਕ ਦਰ ਦੀ ਦਾਰ ਸਮਾਏ। ਸੱਚ ਰੂਪ ਪਰਮੇਸ਼ੁਰ ਵਿੱਚ ਜਾ ਲੱਗਦਾ ਜੇ ਇਸ ਪ੍ਰਕਾਰ ਜੀਵ ਹਲਾਲ ਹੋਵੇ ਪੂਰਵੋਕਤ ਪ੍ਰਕਾਰ ਸਾਧਨ ਸੰਪੰਨ ਹੋਵੇ। ਪਾਤਸ਼ਾਹ ਕਹਿਣ ਲੱਗੇ ਤੇ ਉਹ ਦਲ ਸਰੂਪ ਦੇ ਵਿੱਚ ਸਮਾ ਜਾਂਦਾ, ਉਹ ਅਭੇਦ ਹੋ ਜਾਂਦਾ। ਬਗਲਾ ਪਹਿਲਾ ਕਮਲ ਕਟਾਰਾ ਬੰਕੜਾ ਬੰਕੇ ਕਾ ਅਸਵਾਰ। ਇੱਕ ਕੋਈ ਸੁੰਦਰ ਜਵਾਨ ਸੁੰਦਰ ਘੋੜੇ ਪਰ ਸਵਾਰ ਹੋਇਆ, ਕਮਲ ਵਿੱਚ ਕਟਾਰ ਸ਼ਸਤਰ ਬੰਧੇ ਹੋਏ ਜਾ ਰਿਹਾ ਸੀ। ਚਲੇ ਜਾਂਦੇ ਹੰਕਾਰੀ ਨੇ ਰਸਤੇ ਚੱਲਦੇ ਨਾਲ ਸਤਿਗੁਰੂ ਪਾਤਸ਼ਾਹ ਜੀ ਨਾਲ ਭਾਈ ਬਾਲਾ ਜੀ ਭਾਈ ਮਰਦਾਨਾ ਜੀ ਜਾ ਰਹੇ। ਭਾਈ ਮਰਦਾਨੇ ਨੂੰ ਰਕਾਵ ਮਾਰੀ ਉਸ ਹੰਕਾਰੀ ਨੇ। ਮਰਦਾਨੇ ਨੇ ਦੁਖੀ ਹੋ ਕੇ ਪਾਤਸ਼ਾਹ ਜੀ ਅੱਗੇ ਬੇਨਤੀ ਅਰਜ ਕੀਤੀ, ਸਤਿਗੁਰੂ ਮੇਰੀ ਇਸਨੇ ਰਕਾਵ ਮਾਰੀ, ਬੜੀ ਪੀੜ ਹੋਈ, ਬੜਾ ਦੁੱਖ ਲੱਗਿਆ। ਪਾਤਸ਼ਾਹ ਕਮਰ ਕਟਾਰਾ ਬੰਕੜਾ ਬੰਕੇ ਕਾ ਸਵਾਰ। ਸਤਿਗੁਰਾਂ ਨੇ ਸਲੋਕ ਉਚਾਰੇ ਇੰਨੇ ਵਿੱਚ ਥੋੜ੍ਹੀ ਦੂਰ ਤੱਕ ਜਾ ਕੇ ਉਹ ਘੋੜਾ ਸਿਰ ਪਾਨੇ ਗਿਰ ਪਿਆ ਤੇ ਮਰ ਗਿਆ। ਕਾਠੀ ਸਿਰ ਪਾ ਉਠਾ ਕਰਕੇ ਚੱਲਦਾ ਜਦੋਂ ਇਹ ਬਚਨ ਕੀਤੇ ਪਾਤਸ਼ਾਹ ਭਾਈ ਮਰਦਾਨੇ ਨੇ ਅਰਜ ਕੀਤੀ ਘੋੜਾ ਸਿਰ ਪਾਸੇ ਡਿੱਗਿਆ ਮਿਲਤੂ ਹੋ ਗਿਆ, ਉਹ ਕਾਠੀ ਸੀਸ ਤੇ ਲੈ ਕੇ ਤੁਰਿਆ ਜਾ ਰਿਹਾ।
ਪਾਤਸ਼ਾਹ ਫਰਮਾਉਂਦੇ ਨੇ ਸੁੰਦਰ ਸਰੀਰ ਦਾ ਸਵਾਦ ਹੋ ਰਿਹਾ, ਸ਼ਸਤਰ ਦਾ ਗਿਆਨ ਰੂਪ ਸੁੰਦਰ ਕਟਾਰਾ ਬੁੱਧੀ ਵਿੱਚ ਬੰਧਿਆ। ਗਰਬ ਨਾ ਕੀ ਜੈ ਨਾਨਕਾ ਮਤ ਸਿਰ ਆਵੈ ਭਾਰ। ਇਹ ਭਾਈ ਗਰਬ ਨਾ ਕਰਨਾ, ਹੰਕਾਰ ਨਾ, ਕਿਉਂਕਿ ਕਿਆ ਜਾਣੀਏ ਗਰਬ ਕਰਕੇ ਸਿਰ ਪਰ ਭਾਰ, ਭਾਵ ਗਰਬ ਵਿੱਚ ਆਵਣਾ ਪਵੇ ਫਿਰ ਜਨਮਾਂ ਵਿੱਚ ਪੈ ਜਾਈਏ, ਹੰਕਾਰ ਨਾ ਕਰੀਏ। ਪੌੜੀ ਜੋ ਸਤ ਸੰਗਤ ਸ਼ਬਦ ਮਿਲੈ ਜੋ ਗੁਰਮੁਖ ਚੱਲੈ। ਜੋ ਗੁਰਮੁਖ ਹੋ ਕੇ ਚੱਲਦੇ ਨੇ ਸੋ ਸਤਸੰਗ ਦੁਆਰੇ ਬ੍ਰਹਮ ਵਿੱਚ ਮਿਲੇ ਨੇ, ਜੁੜੇ ਨੇ। ਸੱਚ ਤਿਆਨ ਸੇ ਸਚੇ ਜਿਨ ਹਰ ਖਰਚ ਧਨ ਪੱਲੈ। ਜਿਨ੍ਹਾਂ ਦੇ ਹਿਰਦੇ ਵਿੱਚ ਖਰੀ ਧਨ ਦਾ ਕੀ ਖਰਚ, ਸੋ ਸੱਚ ਨੂੰ ਧਿਆਉਂਦੇ ਨੇ ਉਹ ਸੱਚੇ ਨੇ। ਸਚਿਆਰ ਸਿੱਖ ਵਹਿ ਸਤਿਗੁਰ ਪਾਸ, ਗੁਰੂ ਦੇ ਹਜ਼ੂਰ ਬੈਠੇ। ਭਗਤ ਸੋਹਣ ਗੁਣ ਗਾਵਦੇ ਗੁਰਮਤ ਅਚਲੈ। ਜੋ ਭਗਤ ਗੁਰੂ ਦੀ ਮਤ ਕਰਕੇ ਅਚਲ ਹੋਵੇ, ਗੁਣ ਗਾਉਂਦੇ ਨੇ ਸੁਭਾਵਾਨ ਹੋਵੇ। ਰਤਨ ਵਿਚਾਰ ਮਨ ਵਸਿਆ ਗੁਰ ਕੈ ਸ਼ਬਦ ਭਲੈ। ਗੁਰੂ ਦੇ ਭਲੇ ਉਪਦੇਸ਼ ਕਰਕੇ ਇਹਨਾਂ ਦੇ ਮਨ ਵਿੱਚ ਵਿਚਾਰ ਰੂਪ ਰਤਨ ਵਸਿਆ, ਪਰਮੇਸ਼ਰ ਪਾਸ ਤਾਂ ਬੇਨਤੀ ਕਰਦੇ ਨੇ। ਆਪੇ ਮੇਲ ਮਲਾਇਦਾ ਆਪੇ ਦੇ ਵੜਿਆਈ, ਵਾਹੋ ਵਾਹੋ ਸੱਚੇ ਪਾਤਸ਼ਾਹ ਤੂੰ ਸੱਚੀ ਰਾਈ। ਹੇ ਪਰਮੇਸ਼ਰ ਆਪਣੇ ਮੇਲ ਵਿੱਚ ਆਪ ਹੀ ਬੁਲਾਉਂਦਾ ਹੈ, ਵਿਛੜਿਆ ਮੇਲੇ ਪ੍ਰਭੂ ਹਰ ਦਰਗੇ ਕਾ ਵਾਸੀ, ਬੁਲਾਉਂਦਾ ਹੈ ਮੇਰਾ ਵਾਹਿਗੁਰੂ ਆਪ ਹੀ ਤੂੰ ਬੜਿਆਈਆਂ ਦਿੰਦਾ ਤੂੰ ਚੋਜੀ ਪ੍ਰੀਤ ਹੈ, ਤੇਰੀ ਸੱਚੀ ਵੜਿਆਈ ਸੱਚੀ ਸੋਭਾ। ਸਲੋਕ ਵਾਲਾ ਤੀਜਾ ਆਸਾ ਅੰਦਰ ਸਭ ਕੋ ਕੋਈ ਨਿਰਾਸਾ ਹੋਏ। ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਜੀ ਪਾਵਨ ਉਪਦੇਸ਼ ਬਖਸ਼ਦੇ ਨੇ, ਆਸਾ ਅੰਦਰ ਸਭ ਕੋ ਕੋਈ ਨਿਰਾਸਾ। ਆਸਾ ਦੇ ਅੰਦਰ ਸਭ ਕੋਈ ਹੈ, ਮਨੁੱਖ ਜੀਵਦਾ ਹੈ ਜਗਤ ਦੀਆਂ ਆਸ਼ਨਾਵਾਂ ਵਾਸ਼ਨਾਵਾਂ, ਕੋਈ ਗੁਰਮੁਖ ਨਿਰਾਸਾ ਹੁੰਦਾ ਹੈ ਆਸਾ, ਸਭ ਕੋਈ ਆਸਾ ਵਿੱਚ। ਨਾਨਕ ਜੋ ਮਰ ਜੀਵਿਆ ਸਹਿਲਾ ਆਯਾਸ ਹੋਏ। ਜੋ ਜੀਵ ਭਾਵ ਤੋਂ ਮਰਿਆ ਪਰਮੇਸ਼ਵਰ ਰੂਪ ਹੋ ਕੇ ਜੀਵਿਆ ਤਿਸ ਦਾ ਹੀ ਆਇਆ ਸਫਲ ਹੈ। ਬਹਲਾ ਤੀਜਾ ਨਾ ਕਿਸੇ ਆਸਾ ਹੱਥ ਹੈ ਕਿਉਂ ਨਿਰਾਸਾ ਹੋਏ। ਕੁਛ ਆਸਾ ਦੇ ਹੱਥ ਵੀ ਨਹੀਂ, ਜੀਉ ਆਸਾ ਤੇ ਰਹਿਤ ਕਿਵੇਂ ਹੋਵੇ, ਭਾਵ ਛੱਡੀ ਨਹੀਂ ਜਾਂਦੀ। ਕਿਆ ਕਰੇ ਇਹ ਬੱਪੜੀ ਜਾ ਭੁਲਾਏ ਸੋਏ। ਪਾਤਸ਼ਾਹ ਫਰਮਾਉਂਦੇ ਜਾਂ ਉਹੀ ਵਾਹਿਗੁਰੂ ਪਰਮੇਸ਼ਰ ਭੁਲਾ ਦੇਵੇ ਤਾਂ ਇਹ ਬੁੱਧੀ ਸੇਠੀ ਜਗਤ ਵਿਚਾਰੀ ਕਿਆ ਕਰ ਸਕਦੀ। ਸਭ ਕੁਝ ਪਰਮੇਸ਼ਰ ਦੀ ਆਗਿਆ ਵਿੱਚ ਹੈ, ਪਰਮੇਸ਼ਰ ਦੇ ਹੁਕਮ ਵਿੱਚ ਹੈ, ਕਿਉਂਕਿ ਹੁਕਮ ਤੋਂ ਬਾਅਦ ਕੁਝ ਵੀ ਨਹੀਂ। ਪਰ ਉਸਦਾ ਵੀ ਇਹ ਨਿਯਮ ਮਰਿਆਦਾ ਉਹ ਕਰਮ ਫਲ ਪ੍ਰਦਾਤਾ ਹੈ। ਪੌੜੀ ਤ੍ਰੈਗ ਜੀਵਨ ਸੰਸਾਰ ਸੱਚੇ ਨਾਮ ਬਿਨ। ਸੱਚੇ ਨਾਮ ਤੋਂ ਬਿਨਾਂ ਵਾਹਿਗੁਰੂ ਦੀ ਬੰਦਗੀ ਤੋਂ ਬਿਨਾਂ ਸੰਸਾਰ ਵਿੱਚ ਜੀਵਣੇ ਨੂੰ ਤਰਕਾਰ। ਪ੍ਰਭ ਦਾਤਾ ਨੈ ਚਲ ਇਹੋ ਧਨ। ਸਮਰੱਥ ਜੋ ਦਾਤਿਆਂ ਦਾ ਦਾਤਾ ਇਹੋ ਤਿਸ ਦਾ ਨਾਮ ਧਨ ਨੈ ਚਲ ਗਿਆ ਪਿਆਰਿਆ, ਸਦੀਵੀ ਰਹਿਣ ਵਾਲਾ।
ਸਾਸ ਸਾਸ ਰਾਤੇ ਨਿਰਮਲ ਸੋਏ ਜਨ। ਤਿਸ ਨਾਮ ਨੂੰ ਜੋ ਸਵਾਸ ਸਵਾਸ ਜਪਦੇ ਰਾਤ ਦੇ ਸੋ ਜਨ ਨਿਰਮਲ ਹੋ ਜਾਂਦਾ। ਅੰਤਰ ਜਾਮੀ ਆਗਮ ਰਸਨਾ ਏਕ ਭੰਗ। ਅੰਤਰ ਜਾਮੀ ਜੋ ਪਾਵਨਾ ਘਟਨਾ ਹੈ, ਤੁਸੀਂ ਇੱਕ ਦੇ ਨਾਮ ਨੂੰ ਰਸਨਾ ਸੀ ਵਿਚਾਰ ਜਪ। ਰਵ ਰਹਿਆ ਸਰਬਤ ਨਾਨਕ ਬਲ ਜਾਈ, ਤੂੰ ਸਾਰੇ ਹੀ ਰਮਿਆ। ਇਸ ਤੇ ਸਤਿਗੁਰੂ ਫਰਮਾਉਂਦੇ ਨੇ, ਰਵ ਰਹਿਆ ਸਰਬਤ ਨਾਨਕ ਬਲ ਜਾਈ, ਮੈਂ ਤੇਰੇ ਪਰ ਬਲਿਹਾਰ ਜਾਂਦਾ ਹਾਂ ਕੁਰਬਾਨ। ਸਲੋਕ ਮਹਲਾ ਪਹਿਲਾ, ਸਰਬਰ ਹੰਸ ਧੁਰੇ ਹੀ ਮੇਲਾ, ਖਸਮੈ ਏ ਵੈ ਪਾਣ। ਗੁਰੂ ਨਾਨਕ ਦੇਵ ਮਹਾਰਾਜ ਜੀ ਫਰਮਾਉਂਦੇ ਨੇ, ਸਰਬਰ ਰੂਪ ਜੋ ਸਤਸੰਗ ਜਗਿਆਸੂ ਰੂਪ ਹੰਸ ਦਾ ਆਦ ਤੋਂ ਮੇਲਾ ਗਏ ਸਤਸੰਗ ਨਾਲ। ਵਾਹਿਗੁਰੂ ਨੂੰ ਇਸ ਪ੍ਰਕਾਰ ਪਾਇਆ ਆਇਆ, ਸਰਬਰ ਅੰਦਰ ਹੀਰਾ ਮੋਤੀ, ਸੋ ਹੰਸਾਂ ਕਾ ਖਾਣਾ। ਸਤਸੰਗ ਰੂਪ ਸਰੋਵਰ ਦੇ ਅੰਦਰ ਹੀਰਾ ਮੋਤੀ ਰੂਪ ਗਿਆਨ ਵਿਰਾਗ ਨੇ ਪਿਆਰੇ, ਸੋਈ ਜਗਿਆਸੂ ਰੂਪ ਹੰਸਾਂ ਦਾ ਖਾਣਾ ਉਸਨੂੰ ਧਾਰਦੇ ਨੇ। ਬਗਲਾ ਕਾਗਨਾ ਰਹੀ ਸਰਵਰ ਜੇ ਹੋਵੇ ਅਤ ਸਿਆਣਾ, ਜੋ ਅਤਿ ਅਤ ਸਿਆਣਾ ਵੀ ਹੋ ਜਾਵੇ ਤੋਂ ਵੀ ਦੰਭੀ ਰੂਪ ਬਗਲਾ ਪਾਪ ਰੂਪੀ ਕਾਉ ਸਤਸੰਗ ਰੂਪ ਵਿੱਚ ਨਹੀਂ ਰਹਿੰਦਾ ਪਿਆ। ਉਹ ਨਾ ਰਿਜਕ ਨਾ ਪਏਓ ਉਥੇ, ਉਹ ਨਾ ਹੋਰੋ ਖਾਣਾ, ਉਹ ਨਾ ਰਿਜਕ ਨਾ ਪਾਇਓ ਉਥੇ, ਉਹ ਨਾ ਹੋਰੋ ਖਾਣਾ, ਕਿਉਂਕਿ ਉਹਨਾਂ ਦਾ ਰਿਜਕ ਉੱਥੇ ਵਾਹੀ ਗੁਰੂ ਨੇ ਪਾਇਆ ਕੀ, ਕਿਉਂਕਿ ਉਹਨਾਂ ਦਾ ਤਾਂ ਹੋਰ ਹੀ ਖਾਣਾ ਹੈ ਪਿਆਰੇ। ਵਿਸ਼ੇ ਵਿਕਾਰਾਂ ਦਾ ਖਾਣਾ ਸੋ ਉੱਥੇ ਮਿਲਦਾ ਨਹੀਂ। ਸੱਚ ਕਮਾਣੈ ਸੱਚੋ ਪਾਈਐ, ਕੂੜੈ ਕੂੜਾ ਮਾਣਾ, ਜੋ ਸੱਚ ਨਾਮ ਨੂੰ ਕਮਾਉਂਦੇ ਨੇ ਜਪਦੇ ਨੇ ਸੋ ਸੱਚ ਸੂ ਵਾਹਿਗੁਰੂ ਨੂੰ ਪਾਉਂਦੇ ਨੇ, ਝੂਠਿਆਂ ਦਾ ਤਾਂ ਝੂਠਾ ਹੀ ਮਾਣ ਹੈ ਖਾਣਾ। ਨਾਨਕ ਤੈਨ ਕੋ ਸਤਿਗੁਰ ਮਿਲਿਆ, ਜਿਨ੍ਹਾਂ ਤੁਰੇ ਪਿਆ ਪਰਵਾਣਾ, ਤਿਨ੍ਹਾਂ ਨੂੰ ਸਤਿਗੁਰੂ ਮਿਲਿਆ ਜਿਨ੍ਹਾਂ ਦੇ ਮਸਤਕ ਵੱਲ ਤੁਰੋਂ ਹੀ ਲੇਖ ਪਿਆ, ਕਿਉਂਕਿ ਲੇਖ ਆਪਾਂ ਲਿਖਾ ਕੇ ਹੀ ਆਏ। ਮਹੱਲਾ ਪਹਿਲਾ, ਸਾਹਿਬ ਮੇਰਾ ਉਜਲਾ ਜੇ ਕੋ ਚਿਤ ਕਰੇ। ਸਾਹਿਬ ਮੇਰਾ ਉਜਲ ਸਰੂਪ ਹੈ, ਜੋ ਕੋਈ ਤਿਸ ਨੂੰ ਯਾਦ ਕਰੇ ਉਹ ਵੀ ਉਜਲਾ ਹੋ ਜਾਂਦਾ। ਨਾਨਕ ਸੋਈ ਸੇਵੀ ਹੈ ਸਦਾ ਸਦਾ ਜੋਦੇ, ਜੋ ਸੇਵਣਾ ਚਾਹੀਦਾ ਹੈ ਮੇਰਾ ਵਕਤ ਸੋ ਸਦੀਵੀ, ਜੋ ਖਾਣ ਪਾਨ ਪਹਿਰਾਵ ਦਿੰਦਾ। ਨਾਨਕ ਸੋਈ ਸੇਵੀ ਹੈ ਸਦਾ ਸਦਾ ਜੋਦੇ, ਪਿਆਰਿਓ ਜੋ ਸਦੀਵੀ ਆਪਾਂ ਨੂੰ ਦਾਤਾਂ ਦਿੰਦਾ ਹੈ, ਪਾਲਣਾ ਕਰੋ ਉਹਨੂੰ ਸਦੀਵੀ ਜਪੀਏ ਰਾਧੀਏ। ਨਾਨਕ ਸੋਈ ਸੇਵੀ ਹੈ ਜਿਤ ਸੇਵਿਐ ਦੁੱਖ ਜਾਏ, ਉਸ ਮਾਲਕ ਨੂੰ ਜਪੀਏ ਰਾਧੀਏ ਸੇਵੀਏ, ਜਿਸਦੇ ਸੇਵੜੇ ਕਰਕੇ ਅਗਿਆਨ ਦੁੱਖ ਚਲਾ ਜਾਂਦਾ। ਆਵਗਣ ਵੰਜਨ ਗੁਣ ਰਵੇ ਮਨ ਸੁਖ ਵਸੈ ਆਏ, ਔਗਣ ਚਲੇ ਜਾਵਣ ਗੁਣ ਮਿਲ ਜਾਵਣ ਉਚਾਰਨ, ਤੇ ਮਨ ਵਿੱਚ ਸੁਖ ਆ ਵਸੇ, ਉਸ ਪਰਮੇਸ਼ੁਰ ਦੇ ਨਾਮ ਨੂੰ ਜਪੀਏ ਰਾਧੀਏ।
ਪੌੜੀ ਆਪੇ ਆਪ ਵਰਤਦਾ ਆਪ ਤਾੜੀ ਲਾਈ ਅੰਗ ਸੰਸਾਰ ਵਿੱਚ ਆਪ ਹੀ ਆਪ ਮੇਰਾ ਵਾਹਿਗੁਰੂ ਵਰਤਦਾ ਆਪ ਹੀ ਸਮਾਧੀ ਲਾਈ ਹੈ ਪਰਮੇਸ਼ੁਰ ਨੇ ਜੋ ਜੀ ਪ੍ਰੀਤਮ ਨੇ ਵਰਤਦਾ ਵੀ ਆਪ ਸਮਾਧੀ ਵੀ ਆਪ ਲਾਈ ਆਪੇ ਆਪ ਵਰਤਦਾ ਆਪ ਤਾੜੀ ਲਾਈ ਆਪੇ ਹੀ ਉਪਦੇਸ਼ ਦਾ ਗੁਰਮੁਖ ਪਤੀ ਆਈ ਪਾਤਸ਼ਾਹ ਬਣਾਉਂਦੇ ਆਪ ਹੀ ਗੁਰੂ ਰੂਪ ਹੋ ਕੇ ਮੇਰਾ ਵਾਹੀ ਗੁਰੂ ਨਿਰੰਕਾਰ ਉਪਦੇਸ਼ ਦਿੰਦਾ ਆਪਣੀਆਂ ਜਨਾ ਪਿਆਰਿਆਂ ਜੋ ਅੰਮ੍ਰਿਤ ਵਚਨ ਰੱਬ ਦੇ ਜਨ ਮਹਾਤਮਾ ਉਚਾਰਦੇ ਨੇ ਬਾਣੀ ਉਚਰੈ ਸਾਧ ਜਨ ਅਮੇ ਹੋ ਚੱਲੈ ਝਾਡੇ ਮਾਨੋ ਅੰਮ੍ਰਿਤ ਦੀ ਝਾਡੇ ਕਿਉਂਕਿ ਸਾਧੂ ਦੀ ਬਾਣੀ ਅੰਮ੍ਰਿਤ ਵਚਨ ਸਾਧ ਕੀ ਬਾਣੀ ਜੋ ਜੋ ਜਪੈ ਤਿਸ ਕੀ ਗਤ ਹੋਵੈ ਹਰ ਹਰ ਨਾਮ ਨਿਤ ਰਸਨ ਵਖਾਣੀ ਅੰਮ੍ਰਿਤਮਈ ਵਚਨ ਮਹਾਤਮਾ ਕਰਦੇ ਆਪ ਹੀ ਗੁਰੂ ਦੁਆਰਾ ਜਗਿਆਸੂ ਰੂਪ ਹੋ ਕੇ ਪਤੀ ਆਉਂਦਾ ਪ੍ਰਤੀਤ ਕਰਦਾ ਇੱਕ ਆਪੇ ਉਜੜ ਪਾਇਨ ਇੱਕ ਭਗਤੀ ਲਾਇਨ ਇੱਕ ਮਨਮੁਖ ਆਪ ਉਜ ਰੂਪ ਕੋ ਸੰਗ ਵਿੱਚ ਪਾ ਦਿੱਤੇ ਪਰਮੇਸ਼ਰ ਨੇ ਇੱਕ ਗੁਰਮੁਖ ਭਗਤੀ ਵਿੱਚ ਲਾਏ ਜਿਸ ਆਪ ਬੁਝਾਏ ਸੋ ਬੁਝ ਸੀ ਆਪੇ ਨਾਏ ਲਾਈ ਜਿਸਨੂੰ ਆਪ ਸਮਝਾਉਂਦਾ ਸੋ ਹੀ ਤਿੰਨਾਂ ਕਾਲਾਂ ਵਿੱਚ ਸਮਝਦਾ ਹੈ ਪਿਆਰੀ ਉਹ ਆਪੇ ਹੀ ਭਗਤਾਂ ਨੂੰ ਨਾਮ ਵਿੱਚ ਲਾਉਂਦਾ ਨਾਨਕ ਨਾਮ ਧਿਆਈਐ ਸੱਚੀ ਵਡਿਆਈ ਸੁੱਤ ਵਾਹੁ ਵਾਹੁ ਸੱਚੇ ਪਾਤਸ਼ਾਹ ਤੂੰ ਸੱਚੀ ਨਾਈ ਨਾਨਕ ਨਾਮ ਧਿਆਈਐ ਸੱਚੀ ਵਡਿਆਈ ਇਹੋ ਸੱਚੀ ਵਡਿਆਈ ਦੀਜੀਏ ਜੋ ਤੇਰਾ ਨਾਮ ਕੇ ਮੇਰੇ ਵਾਹੇ ਗੁਰੂ ਗੁਰੂ ਨਾਨਕ ਸਦੀਵੀ ਜਪੀਏ ਵਾਹੋ ਵਾਹੋ ਸੱਚੇ ਪਾਤਸ਼ਾਹ ਤੂੰ ਸੱਚੀ ਨਾਈ ਤੂੰ ਧੰਨ ਹੈ ਧੰਨ ਹੈ ਸੱਚੀ ਤੇਰੀ ਵਡਿਆਈ ਤੇਰੀ ਸੋਭਾ ਜੋ ਜੀ ਪ੍ਰੀਤਮ ਤੇਰੇ ਵਾਹਿਗੁਰੂ ਤੇਰੇ ਚੋਜ ਭੈਣ ਨੇ ਸੱਚੀ ਹੀ ਤੇਰੀ ਵਡਿਆਈ ਆਪ ਬਖਸ਼ਿਸ਼ ਮਹਿਰਾਮਤ ਕਰ ਤੇਰੇ ਨਾਮ ਨੂੰ ਜਪੀਏ ਇਹ ਦਾਤ ਨਾਮ ਦੀ ਝੋਲੀ ਵਿੱਚ ਪਾ ਵਿਸਤਰ ਨਾਹੀਂ ਦਾ ਤਾਰ ਆਪਣਾ ਨਾਮ ਦੇਹੋ ਗੁਣ ਗਾਵਾਂ ਦਿਨ ਰਾਤ ਨਾਨਕ ਚਾਹੋ ਕਿਉਂਕਿ ਪਿਆਰੀ ਉਹ ਯੁੱਗ ਕਲ ਯੁੱਗ ਦਾ ਹੈ ਕਲ ਕੇਵਲ ਨਾਮ ਆਧਾਰ ਨਾਮ ਦੇ ਜਪਿਆਂ ਕੀ ਆਪਣਾ ਉਧਾਰ ਗੁਰ ਸ਼ਬਦੀ ਗੁਰਮਤੀਏ ਬਣੀਏ ਨਾਮ ਨੂੰ ਜਪੀਏ ਸੰਗ ਕਰੀਏ ਸਤ ਪੁਰਸ਼ਾਂ ਦਾ ਆਪਣਾ ਅਮੋਲਕ ਜਨਮ ਸਫਲ ਹੋ ਜਾਵੇ ਨਸੀ ਅਗਨਾ ਹੇ ਪੂਰਨ ਹੇ ਸਰਬਮੈ ਦੁਖ ਭੰਜਨ ਗੁਣਤਾ ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ ਹੇ ਗੋਬਿੰਦ ਹੇ ਗੁਣ ਨਿਧਾਨ ਜਾਂ ਕੈ ਸਦਾ ਬਬੀਕ ਹੇ ਅਪਰੰਪਰ ਹਰ ਹਰੀ ਹੈ
ਸੰਤ ਹੈ ਕੀ ਸਦਾ ਸੰਗ ਮੇਧਾਰਾ ਆਧਾਰ ਠਾਕੁਰ ਹੋਂਦਾ ਸਿਰੋ ਮੈਂ ਨਿਰਗੁਣ ਗੁਣ ਨਹੀਂ ਕੋਈ ਨਾਨਕ ਦੀ ਜੈ ਨਾਮ ਦਾਨ ਰੱਖੋ ਹੀ ਪਰੋ ਆਏ ਪ੍ਰਭ ਸਰਣਾਗਤੀ ਕਿਰਪਾ ਨਿਤ ਦਇਆ ਏਕ ਅੱਖਰ